ਇਹ ਮੂਸਿਕ ਹੁੰਦਾ ਕੀ ਹੈ ਬਹੁਤੇ ਮੇਰੇ ਵਰਗੇ ਵੀ ਹੋਣਗੇ ਜਿਹੜੇ ਤੁਹਾਨੂੰ ਕਦੇ ਮਿਲੇ ਹੋਣਗੇ ਉਹ ਕਹਿੰਦੇ ਨੇ ਸੰਧੂ ਸਾਹਿਬ ਬੜਾ ਵਧੀਆ ਕੰਮ ਕਰਦੇ ਉਹ ਤੇ ਮੇਰਾ ਵੀ ਬਣਾ ਦੋ ਉਹੀ ਗੱਲ ਹੈ ਨਾ ਸਾਡੇ ਪੰਜਾਬ ਨੂੰ ਤਾਂ ਪਤਾ ਹੀ ਨਹੀਂ ਮੈਂ ਨਹੀਂ ਕਹਿ ਰਿਹਾ ਮੇਰਾ ਬਣਾ ਦੋ ਮੈਂ ਨਹੀਂ ਕਹਿ ਰਿਹਾ ਪਰ ਮਾਤਾ ਮਨ ਜਿਹੜਿਆ ਮੇਰੇ ਹੱਥਾਂ ਨਾਲ ਇਹ ਵੀ ਸੇ ਇਹ ਬਹੁਤ ਨਿਆਮਤ ਦਿੰਦੀ ਹੈ ਜਿੱਥੇ ਲਾਲਾ ਨਾ ਮਾਤਾ ਮੈਨੂੰ ਪਤਾ ਇੱਕ ਵਾਰੀ ਫੇਰ ਮਲਾਣਾ ਜਾਸਤੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹੈ ਕਲਾ ਕਹਿੰਦੇ ਹੈ ਸੰਘਰਸ਼ੋਂ ਨਿਕਲਦੀ ਹੈ ਤੇ ਕਲਾ ਦੇ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਹੈ ਇਹ ਸੰਘਰਸ਼ ਆ ਜਿਹੜਾ ਉਹ ਬਹੁਤ ਵਾਰੀ ਦਿਖਦਾ ਨਹੀਂਗਾ ਤੇ ਬਹੁਤ ਵਾਰੀ ਦਿਖ ਜਾਂਦਾ ਹੈ ਪਰ ਅੱਜ ਜਿਸ ਕਲਾ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਕਲਾ ਦੇ ਵਿੱਚ ਬਹੁਤ ਘਟ ਜਾਣੇ ਦੇ ਨਾਮ ਹੈ ਤੇ ਦੇਸ਼ ਵਿੱਚ ਵਿਦੇਸ਼ ਵਿੱਚ ਇਨਾਮ ਕਿੰਨੇ ਹੈਗੇ ਉਹ ਸਭ ਸਮਝਣ ਦੀ ਕੋਸ਼ਿਸ਼ ਕਰਾਂਗੇ ਮੋਜ਼ੈਕ ਆਰਟਿਸਟ ਮੈਨੂੰ ਵੀ ਇਹ ਪਹਿਲੀ ਵਾਰੀ ਸੁਣਨ ਨੂੰ ਮਿਲਿਆ ਮਜ਼ਾਕ ਕਾਟ ਕੀ ਹੁੰਦਾ ਹੈ ਹਾਲਾਂਕਿ ਹੋ ਸਕਦਾ ਕਿ ਅਸੀਂ ਲੰਘਦੇ ਟੱਪ ਦੇ ਦੇਖਿਆ ਹੋਵੇ ਪਰ ਸਾਨੂੰ ਪਤਾ ਨਾ ਹੋਵੇ ਇਸ ਨੂੰ ਮਜ਼ਾਕ ਕਾਟ ਕਹਿੰਦੇ ਆ ਮਜ਼ਾਕ ਨੂੰ ਕਈ ਵਾਰੀ ਮਜ਼ਾਕ ਦਾ ਪਾਤਰ ਵੀ ਬਣਾ ਦਿੱਤਾ ਗਿਆ ਪਰ ਮਜ਼ਾਕ ਨੂੰ ਸਮਝਣ ਵਾਲਿਆਂ ਨੂੰ ਪਤਾ ਹੈ ਕਿ ਇਹ ਕਲਾ ਦੇ ਵਿੱਚ ਡੂੰਘਾਈ ਕਿੰਨੀ ਹੈ ਤੇ ਇਹਦਾ ਸਫ਼ਰ ਕਿੰਨਾ ਲੰਬਾ ਹੈਗਾ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾਂ ਗਏ ਬਹੁਤ ਹੀ ਖਾਸ ਮਨ ਸਾਡਾ ਮੌਜੂਦ ਹੈ ਜਿਹੜੇ ਕਲਾ ਨਾਸਰਾ ਬੋਰ ਨੇ ਹਰਜੀਤ ਸਿੰਘ ਸੰਧੂ ਮਜ਼ਾਕ ਆਰਟਿਸਟ ਬਹੁਤ ਸਵਾਗਤ ਹੈ ਸਾਨੂੰ ਸਭ ਤੁਹਾਡਾ ਸਸੀ ਕਾ ਜੀ ਕੇਪੀ ਸਿੰਘ ਤੁਹਾਡਾ ਤੇ ਤੋ ਜਸ ਟੀਵੀ ਦਾ ਧੰਨਵਾਦ ਜਿਹੜਾ ਅੱਜ ਮੈਨੂੰ ਨਮਾਣੇ ਨੂੰ ਇੱਥੇ ਟੀਵੀ 'ਚ ਲਿਆ ਕੇ ਕੁਝ ਲੋਕਾਂ ਨੂੰ ਮੂਜ਼ੇ ਕਲਾ ਬਾਰੇ ਦੱਸਣ ਵਾਸਤੇ ਸੱਦਿਆ। ਮੈਂ ਇਸ ਹੱਥ ਨੂੰ ਇਸ ਲਈ ਮਿਲਾਉਣਾ ਚਾਹ ਰਿਹਾ ਸੀ ਮੈਂ ਦੇਖਣਾ ਚਾਹੁੰਦਾ ਸੀ ਇਹਦੇ ਵਿੱਚ ਕਲਾ ਕਿੰਨੀ ਹੈ। థాంਕ ਯੂ। ਇਹ ਕਲਾ ਕਿੱਥੋਂ ਆਈ ਹੈ? ਇਹ ਕਲਾ ਕੁਦਰਤ ਦੀ देन ਹੈ। ਬਚਪਨ ਤੋਂ ਕਲੇ ਮੋਡਲਿੰਗ ਕਰਦਾ ਸੀਗਾ ਨਿੱਕਾ ਹੁੰਦਾ ਤੀ ਤੀਜੀ ਚ ਕੀ ਬੱਚੇ ਨੂੰ ਪਤਾ ਹੁੰਦਾ ਮੈਨੂੰ ਹੱਥ ਮਲਾ ਕੇ ਪਤਾ ਲੱਗਿਆ ਕਿ ਤੁਹਾਡੇ ਪੋਟੇ ਵੀ ਕਿਸੇ ਹੋਏ ਆ ਤੇ ਤੁਹਾਡੇ ਬਾਰੇ ਕਿਤਾਬ ਲਿਖੀ ਗਈ ਪੋਟੇ ਬੋਲ पे ਹਾਂਜੀ ਪੋਟੇ ਤਾਂ ਜੀ ਫਿਰ ਕੱਤਣੇ ਹੀ ਆ ਜਦੋਂ ਜੇ ਮੋਜ਼ੇਕ ਦਾ ਕੰਮ ਕਰਨਾ ਜਿਹੜਾ ਅਖੀਰ ਮੈਂ ਪੇਂਟਿੰਗ ਸਕਲਪਚਰ ਅਵਾਰਡ ਮਿਲਿਆ ਮੈਨੂੰ ਕਨਸੈਪਟ ਵੱਲੋਂ ਚੰਡੀਗੜੀ ਤੁਹਾਡੇ ਐਮਬਸੈਂਡਰ ਸਾਹਿਬ ਦੇ ਹੱਥੋਂ ਫਿਰ ਮੈਂ ਇਹਦੇ ਬਾਅਦ ਐਮਏ ਕਰਕੇ ਹਿਸ਼ਾਰਪੁਰ ਤੋਂ ਅਮਰੀਕਾ ਚਲਾ ਗਿਆ ਜਿੱਥੇ ਮੈਂ ਮੋਜ਼ੇਕ ਵਿਖਿਆ ਕੰਮ ਇਹ ਮੂਜ਼ਿਕ ਹੁੰਦਾ ਕੀ ਹੈ ਮੂਜ਼ਿਕ ਇਹ ਕਲਾ ਜਿਹੜੀ ਹੈ ਦੱਸ ਕੋ ਇਹ ਆ ਵੇਖੋ ਤੁਹਾਡੇ ਸਾਹਮਣੇ ਇੱਕ ਸ਼ੀਸ਼ਾ ਪਿਆ ਜਿਸ ਤਰ੍ਹਾਂ ਮੈਂ ਕੰਮ ਕਰ ਰਿਹਾ ਵੈਸੇ ਪੱਥਰ ਚ ਸ਼ੀਸ਼ੇ ਚ ਸੈਰਮਿਕ ਟਾਇਲ ਦੇ ਵਿੱਚ ਇਹ ਕੰਮ ਯੂਰਪ ਵਿੱਚ ਹੋਇਆ ਤੁਸੀਂ ਹੋਰ ਨੇਕ ਚੰਦ ਜੀ ਨੇ ਚੂੜੀਆਂ ਵੀ ਲਾਈਆਂ ਟੇਲਾ ਜਣੀਆਂ ਘਰਾਂ ਵਿੱਚ ਟੁੱਟੀਆਂ ਜਿਹੜੀਆਂ ਹੁੰਦੀਆਂ ਸੱਟ ਦੰਨੇ ਆਪਾਂ ਨੇਕ ਚੰਦ ਜੀ ਨੂੰ 5 ਸਾਲ 10 ਸਾਲ ਤੱਕ ਲੋਕਾਂ ਨੇ ਸਮਝਿਆ ਹੀ ਨਹੀਂ ਉਹ ਚਲਾ ਚੱਕ ਚੱਕ ਕੋਠੀਆਂ ਦੇ ਅਗੋ ਤੇਲਾਂ ਚੱਕਦਾ ਸੀ ਤੇ ਕਹਿੰਦੇ ਸੀ ਇਹ ਕਮਲਾ ਦਾ ਘਰ ਵਾਲੀ ਵੀ ਸਮਝਣ ਲੱਗ ਪਈ ਵਾਕਈ ਕਮਲਾ ਜੋ ਸੋਚ ਨੇਕ ਚਾਹਦੀ ਸੀ ਉਹ ਤਾਂ ਬਹੁਤ ਦੂਰ ਦੀ ਜੀ ਲੋਕਾਂ ਜਿੱਤਾ ਹੈ ਹੀ ਨਹੀਂ ਜੀ ਨਹੀਂ ਮਜ਼ਾਕ ਨੂੰ ਮਜ਼ਾਕ ਸਮਝਿਆ ਗਿਆ ਉਹ ਮਜ਼ਾਕ ਹੀ ਸਮਝੇ ਕੁਝ ਪਤਾ ਨਹੀਂ ਜਦੋਂ ਉਹ ਚਲਾ ਚੱਕਦਾ ਸੀ ਤੇਲਾਂ ਇੱਕ ਕਲਾਕਾਰ ਉਹ ਅੱਖ ਨਹੀਂ ਸੀ ਨਾ ਵੇਖਣ ਵਾਲੀ ਉਹ ਤਾਂ ਐਮਬਸੰਦਾਵਾ ਸਾਹਿਬ ਦੀ ਅੱਖ ਤੇ ਆਗੇ ਤੇ ਉਹਨਾਂ ਦਾ ਰੌਕ ਗਾਰਡਨ ਬਣ ਗਿਆ ਨਹੀਂ ਹੋ ਸਕਦਾ ਨੇਕ ਚੰਨ ਰੁੱਲ ਜਾਂਦਾ ਉਹ ਤਾਂ ਇੱਕ ਕਲਾਕਾਰ ਦੀ ਨਿਗਾ ਵਿੱਚ ਜਿਹੜਾ ਮੂਜ਼ੇਕ ਐਵੇਂ ਸੀ ਸੀ ਮਜ਼ਾਕ ਸੀ ਜੇ ਉਹ ਦੇਖਣ ਵਾਲੀ ਨਿਗਾ ਸੰਦਾਵਾ ਸਾਹਿਬ ਦੀ ਪਈ ਤੇ ਉਹ ਬਣ ਗਿਆ ਨਹੀਂ ਤਾਂ ਰੌਕ ਗਾਰਡਨ ਜਦੋਂ ਮੈਂ ਜੋਸੇ ਕੋੜੋ ਕਲੇ ਮੋਡਰਨ ਟੈਸਟ ਦੇਣ ਹੁੰਦਾ ਤੇ ਉਹਦੇ ਉੱਪਰ 12 ਜਿਹੜਾ ਬਹਿ ਕੇ ਬੈਹ ਜਾਂਦਾ ਸੀ ਤੇ ਬੱਸ ਸਟੈਂਡ ਦੇ ਨਾਲ ਹੀ ਲੋਕ ਗਾਰਡਨ ਸੀਗਾ ਜਿੱਥੇ ਪੀਡਬੀ ਜਗ੍ਹਾ ਸੀ ਉਹਨਾਂ ਕੋਲ ਬੈਹ ਜਾਣਾ ਜਦੋਂ ਟਾਈਮ ਹੋਣਾ ਕਿ ਮੈਂ ਮੋਗੇ ਪਹੁੰਚਣਾ ਅਖੀਰ ਬੱਸ ਨਾ ਨੰਗ ਜੇ ਕੋਈ ਐ ਨਹੀਂ ਤੇ ਮੈਂ ਚਲਾ ਜਾਂਦਾ ਸੀ ਜਿਹੜੀ ਇਹ ਕਲਾ ਨਿਗਾ ਥੱਲੇ ਆਉਣ ਨਾਲ ਅੱਜ ਮੈਂ ਕੰਮ ਕਰ ਰਿਹਾ ਅਜੇ ਲੋਕਾਂ ਨੂੰ ਨਹੀਂ ਪਤਾ ਤੁਸੀਂ ਗੱਲ ਕਰਦੇ ਪਤਾ ਨਹੀਂਗਾ ਮਜ਼ਾਕ ਹੀ ਹੈ ਮਜ਼ਾਕ ਨਹੀਂ ਤੁਹਾਡੇ ਸਾਹਮਣੇ ਮਜ਼ਾਕ ਬੈਠਾ ਕਿ ਮੈਂ ਇੱਕ ਸਿੱਖ ਸਿਕਰੀਵੋ ਨੇ ਲਿਖਿਆ ਮੇਰੇ ਬਾਦ ਦੁਨੀਆ ਦਾ ਪਹਿਲਾ ਸਿੱਖ ਜਿਹਨੇ ਸ਼ੀਸ਼ੇ ਦੇ ਵਿੱਚ ਬਾਬਾ ਫਰੀਦ ਬਣਾਇਆ ਦੁਨੀਆ ਦਾ ਪਹਿਲਾ ਸਿੱਖ ਮਜ਼ਾਕ ਆਰਟਿਸਟ ਹਾਂ ਹਾਂ ਜੀ ਸਿਕਰੀਵੋ ਨੇ ਲਿਖਿਆ ਕਲਕੱਤਾ ਚੱਪਦਾ ਇੱਕ ਨਿਊਯਾਰਕ ਤੋਂ ਚੱਪਦਾ ਸਭ ਤੋਂ ਪਹਿਲਾਂ ਉਹ ਮੇਰੇ ਘਰੇ ਆਏ ਬਜ਼ੁਰਗ ਜੀ ਬਹੁਤ ਸਸੀ 50 ਸਾਲ ਦੇ ਨਾਂ ਉਹਦੀ ਵਾਈਫ ਇੰਗਲਿਸ਼ 'ਚ ਉਹਨਾਂ ਨੇ ਲਿਖਿਆ ਮੋਗਲਸ ਰਾਏ ਤੋਂ ਮੋਗਾ ਮੋਗੇ ਤੋਂ ਅਮਰੀਕਾ ਇਹ ਸਫ਼ਰ ਕਿਵੇਂ ਤੈ ਹੋਇਆ ਸਫ਼ਰ ਹੈ ਜੀ ਅੱਜ ਬੈਠਾ ਟੀਵੀ ਤੇ ਬੜਾ ਦਰਸ਼ਕਾਂ ਨੂੰ ਚੰਗਾ ਲੱਗਦਾ ਹੋ ਕਲਾਕਾਰ ਕੇਪੀ ਸਿੰਘ ਜੀ ਉਹ ਜਦੋਂ ਸਟੇਜ ਤੇ ਬਣ ਜਾਂਦਾ ਉਹ ਤਾਂ ਚੰਗਾ ਲੱਗਦਾ ਪਰ ਪਿਛੋਕਰ ਜਿਵੇਂ ਤੁਸੀਂ ਗੱਲ ਕੀਤੀ ਇਹ ਮੁਗਲ ਸਰਾਏ ਤੋਂ ਚੱਲਿਆ ਜੋ ਕਿ ਅੱਜ ਤਾਈਂ ਮੈਂ ਅਮਰੀਕਾ ਦੇ ਆ ਕੇ ਵੀ ਇੰਨਾ ਕੰਮ ਕਰਕੇ ਬੱਚੇ ਪੜਾ ਕੇ ਵੀ ਮੈਂ ਉਹ ਸ਼ੌਹਰਤ ਆਪਦੇ ਫਾਦਰ ਆੜੀ ਨਹੀਂ ਲੈ ਸਕਿਆ ਇਹਨੇ ਮੇਰੀ ਫਾਦਰ ਦੇ ਸੀ ਉਹਨਾਂ ਦੇ ਨਾਲ 85 ਦੀ ਗੱਲ ਹੈ ਮੇਰੇ ਪਿਤਾ ਜੀ ਗਸਟਟ ਅਫਸਰ ਸੀ ਮੁਗਲ ਸਰਾਏ ਚ ਤਗੜੀ ਪੋਸਟ ਤਗੜੀ ਪੋਸਟ ਸੀ ਪਰ ਉਹ ਜਿਹੜੀ ਪਰਮਾਤਮਾ ਨੇ ਉਹ ਕਹਿੰਦੇ ਆ ਵਕਤ ਰਾਜਸਥਾਨੀ ਦੀ ਪਿਕਚਰ ਤੁਸੀਂ ਵੇਖਿਓ ਜੀ ਵਕਤ ਬਦਲ ਜਾਂਦਾ ਪਤਾ ਨਹੀਂ ਕਿਸ ਵੇਲੇ ਬਾਬਰੂੜਾ ਤੈਨੂੰ ਲੈ ਕੇ ਤਾਂ ਚਰਾ ਜਾਂਦਾ ਪਾਣੀ ਉਠਾ ਪਾਣੀ ਦੇ ਛਲਾ ਹੁੰਦੀ ਹੈ ਤਾਂ ਜਾ ਕੇ ਇੱਕ ਥਾਂ ਤੇ ਲੱਗ ਜਾਂਦੀ ਹੈ ਸਾਡੇ ਨਾਲ ਵੀ ਐ ਹੀ ਹੋਇਆ ਅਸੀਂ ਨੌਕਰਾਂ ਦੇ ਹੱਥ ਪਲੇ ਰੋਟੀ ਵੀ ਨੌਕਰ ਬਣਾਵੇ ਚਾਚਾ ਜੀ ਚ ਰੇਲਵੇ ਵਾਲਾ ਜੋ ਅਫਸਰ ਸੀਗੇ ਉਹ ਤੋਂ ਗੋਰੇ ਵੀ ਦਿੰਦੇ ਸੀ ਉਹਨਾਂ ਵੇਲੇ 'ਚ ਅਸੀਂ ਵੇਖਿਆ ਉਹਨਾਂ ਦੇ ਗੁੱਡੇ ਵੀ ਲੁੱਟੇ ਮ ਗੋਰਿਆਂ ਦੇ ਮੈਨੂੰ ਤਾਂ ਯਾਦ ਆ ਤੇ ਉੱਥੇ ਨੌਕਰ ਨੇ ਲੈ ਕੇ ਜਾਣਾ ਸਾਨੂੰ ਸਿਸਟਰ ਨੂੰ ਰੇੜੀ ਜੀ ਤੇ ਬਣੀ ਉਹਦੀ ਬੱਚੇ ਵਾਲੀ ਅਸੀਂ ਨਾਲ-ਨਾਲ ਜਾਣਾ ਉਹ ਰੇਲਵੇ ਅਫਸਰ ਜਾਂ ਫੋਰਥ ਕਲਾਸ ਅਫਸਰ ਜਿਹੜਾ ਫੋਰਥ ਕਲਾਸ ਦਾ ਵੀ ਬੰਦਾ ਰੇਲਵੇ ਆ ਜਾ ਸਕਦਾ ਸੀ ਉਹ ਨਹੀਂ ਜਾ ਸਕਦਾ ਸੀ ਸਮਾਂ ਬੜਾ ਵੇਖਿਆ ਉਹਦੇ ਬਾਅਦ ਇਹ ਸਮਾਂ ਵੇਖਿਆ ਚਾਚਾ ਜੀ ਸੋਨਪੁਰ ਚ ਬ੍ਰਿਜ ਇਨਸਪੈਕਟਰ ਸੀ ਮੈਨੂੰ ਬੜਾ ਮਾਨ ਨਾ ਕਹਿਣਾ ਪੈਂਦਾ ਇਹ ਮੇਰੇ ਚਾਚਾ ਜੀ ਨੇ ਬ੍ਰਿਜੈਂਸ ਜਿਹੜਾ ਹਾਪੜ ਦਾ ਪੋੜ ਉਹਨੇ ਕੰਮ ਕੀਤਾ। ਉਹਨਾਂ ਦੀ ਡੈਥ ਹੋ ਗਈ ਸਾਡੇ ਕੋਲ ਮੋਗਾਸ ਰਾਏ ਆ ਗਏ। ਪਰਮਾਤਮਾ ਨੇ ਸਮਾਂ ਦਿਖਾਉਣਾ ਸੀ ਥੋੜਾ ਜਿਹਾ ਚੰਗਾ ਉਹਦੇ ਬਾਅਦ ਮੇਰੇ ਫਾਹ ਸਾਹਿਬ ਦੀ ਡੈਥ ਹੋ ਗਈ। ਮੋਗਾ ਆ ਗਏ ਤੁਸੀਂ ਦੱਸਿਆ ਮੋਗਲ ਸੈ ਤੋਂ ਮੋਗਾ ਮੋਗਾ ਆ ਗਏ ਉਹ ਮੇਰਾ ਸਾਡਾ ਬੜਾ ਸਮਾਂ ਔਖਾ ਨਿਕਲਿਆ। ਜਿੰਨਾ ਚ ਪੈਸੇ ਸੀਗੇ ਵੱਤੀ ਕੇ ਪਿਤਾ ਜੀ ਦੇ ਗ੍ਰੈਜੂਏਟ ਦੇ ਜਦੋਂ ਕੋ ਕਹਿੰਦੇ ਵੀ ਬੰਦਿਆਂ ਬਗਰ ਭਾਂਵੇਂ ਜਾਇਦਾਦ ਕਿੰਨੀ ਹੋਵੇ ਨਾ ਇਹ ਕੰਮ ਦੀ ਨਹੀਂ ਪੈਸੇ ਪੈਸੇ ਮੁੱਕ ਗਏ ਸੀ ਮੁੱਕ ਗਏ ਸਾਰੇ ਸਾਰੇ ਜਿਹੜੇ ਵੱਡੇ ਭਰਾ ਸੀ ਉਹਨਾਂ ਦੇ ਨਾਂ ਤੇ ਚਲੇ ਗਏ ਮੈਂ ਬੱਚਾ ਸੀ ਆ ਮੇਰੀ ਭੈਣ ਸੀ ਉਹ ਅਸੀਂ ਉਹਨਾਂ ਉਹਨਾਂ ਦਾ ਹਿੱਸਾ ਮੇਰੀ ਮਾਂ ਦਾ ਹਿੱਸਾ ਸਾਨੂੰ ਮਿਲ ਗਿਆ ਬਾਕੀ ਭਰਾਵਾਂ ਦਾ ਉਹਨਾਂ ਨੂੰ ਮਿਲ ਗਿਆ ਪੈਸੇ ਤਾਂ ਮੁੱਕ ਨਹੀਂ ਸੀ ਹੌਲੀ ਹੌਲੀ ਫਿਰ ਸਟਰਗਲ ਬਹੁਤ ਕਰਨੀ ਪਈ ਜੇ ਅੱਜ ਮਤਲਬ ਕਿ ਅੱਜ ਤਾਂ ਡਿਫਰੈਂਟ ਸਟੋਰੀ ਹੈ ਉਹ ਦੁਕਾਨ ਤਾਂ ਸਾਨੂੰ ਕਦੇ ਨਹੀਂ ਭੁੱਲ ਸਕਦਾ ਮੈਂ ਪਹਿਲਾਂ ਵੀ ਕਿਹਾ ਕਲਾ ਸੰਘਰਸ਼ੋਂ ਨਿਕਲਦੀ ਐ ਤੇ ਸੰਘਰਸ਼ ਕਈ ਵਾਰੀ ਇਹੋ ਜਿਹਾ ਵੀ ਹੁੰਦਾ ਕਿ ਉਹ ਕਲਾ ਦੇ ਉੱਤੇ ਪਰੂ ਪੈ ਜਾਂਦਾ ਤੁਹਾਡਾ ਸੰਘਰਸ਼ ਕਲਾ ਉੱਤੇ ਪਰੂ ਪੈ ਗਿਆ ਸੀਗਾ ਇੱਕ ਵਾਰ ਹਾਂ ਹਾਲਾਤਾਂ ਨੇ ਪਰੂ ਪਾ ਲਿਆ ਪਰ ਅੰਦਰਲਾ ਘਰ ਦੀ ਦਾ ਕਲਾਕਾਰ ਤਾਂ ਜਾਗਦਾ ਹੀ ਰਿਹਾ ਨਹੀਂ ਕਈ ਸਟੂਡੈਂਟ ਮੈਂ ਲੈਕਚਰਰ ਵੀ ਲਵਾਏ ਮੋਗੇ ਵਿੱਚ ਮੇਰੇ ਕਲਾਸ ਬਲੋ ਕੱਲ ਕੇ ਨੌਕਰੀਆਂ 'ਚ ਪੈ ਗਏ ਕਲਾ ਨੂੰ ਅਡਾਪਟ ਕੀਤਾ ਹੀ ਨਹੀਂ ਪਰ ਮੈਂ ਪੀਟੀ ਮਾਸਟਰ ਲਾ ਕੇ ਬੀਏ ਕੀਤੀ 3ਸ ਰਠੌਰ ਮੋਗੇ ਦੇ ਮੇਰੇ ਟੀਚਰ ਸੀ ਉਹਨਾਂ ਨੇ ਮੈਨੂੰ ਫਾਈਨ ਆਰਟ ਚ ਪਾਇਆ ਮੈਂ ਉਗਾ ਲੀਡਰ ਵੀ ਸੀਗਾ ਉਹ ਕਹਿੰਦੇ ਵੀ ਦੇਖ ਅਰਜੀਤ ਇਲੈਕਸ਼ਨ ਲੜਿਆ ਕਹਿੰਦੇ ਵੀ ਅਗਰ ਤੂੰ ਹਾਰ ਗਿਆ ਤੂੰ ਸਮਝ ਲੈਣਾ ਤੇਮਾਰੀ ਜੀਤ ਹੈ ਅਗਰ ਜੀਤ ਗਿਆ ਸਮਝ ਲੈਣਾ ਤੇਮਾਰੀ ਹਾਰ ਹੈ ਕਲਾ ਤੇਮਾਰੇ ਹੱਥੇ ਨਿਕਲ ਜਾਏਗੀ ਤੋਹੀ ਗੱਲ ਹੋਈ ਉਹਦੀ ਦੁਆਵਾਂ ਹੀ ਸਮਝੂਗਾ ਕਿ ਮੈਂ ਇਲੈਕਸ਼ਨ ਜਿੱਤ ਕੇ 13 ਵੋਟਾਂ ਫਿਰ ਵੀ ਹਾਰ ਗਿਆ ਕੈਂਸਲ ਹੋ ਗਈਆਂ ਤੇ ਮੇਰੇ ਦੋਸਤ ਖੁਸ਼ੀ ਘੁਸੀ ਤੇ ਮਨੋਂ ਤਾਂ ਕਹਿਣ ਕਿ ਤੂੰ ਬੜਾ ਖੁਸ਼ ਹੈ ਮੈਂ ਅੰਦਰਲੀ ਗੱਲ ਦੱਸਾਂ ਨਾ ਕਿ ਤੂੰ ਮਜਬੂਰੀ ਨਾਲ ਥੱਕ ਕੇ ਖੜਾ ਕੀਤਾ ਉਹ ਲਾਈਨ ਖੁੱਲ ਗਈ ਮੇਰੀ ਕਲਾ ਦੀ ਤੇ ਮੈਂ ਕੰਬ ਫਿਰ ਉਹ ਚੱਲਦਾ ਰਿਹਾ ਫਿਰ ਮੈਂ ਜਰੂਰ ਇਥੋਂ ਮਾਸਟਰ ਸੀਗਾ ਨੌਕਰੀ ਛੱਡ ਕੇ ਗਿਆ ਮੈਂ ਗਵਰਨਮੈਂਟ ਦੀ ਨੌਕਰੀ ਛੱਡ ਕੇ ਗਿਆ ਮੈਂ ਜਿਆਦਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਚਲੋ ਇਹਨਾਂ ਨੂੰ ਮੇਰਾ ਕੰਮ ਨਹੀਂ ਚੰਗਾ ਲੱਗਾ ਤਾਂ ਛੱਡੀ ਨੌਕਰੀ ਨੌਕਰੀ ਮੇਰਾ ਸਟੇਟ ਵਾਰਡ ਪ੍ਰੂਫ ਹੋਇਆ ਸੀਗਾ ਇੱਥੇ ਸਨਮਾਨ ਨਹੀਂ ਮਿਲਿਆ ਤੇ ਫਿਰ ਵਿਦੇਸ਼ਾਂ ਦੀ ਧਰਤੀ ਜਾ ਕੇ ਸਨਮਾਨ ਹਾਂ ਜਦੋਂ ਦੁੱਖ ਲੱਗਾ ਜੀ ਜੈਸੂ ਆ ਗਿਆ ਸਿੰਘਾਂ ਨੇ ਜਾ ਕੇ ਮਾਟੋ ਲੈ ਫਰੀਦਕੋਟ ਤੁਹਾਡੇ ਜਾ ਕੇ ਫਰੀਦਕੋਟ ਦੇ ਵਿੱਚ ਬਾਬਾ ਨਾਨਕ ਦੀ ਫੋਟੋ ਲੱਗੀ ਹੈ ਮਾਟੋ ਨੇ ਲਿਖੇ ਖੇਡਾਂ ਚ ਮੇਰੀ ਮੈਂ ਨਹੀਂ ਇਹ ਕਲਾਕਾਰਾਂ ਜੇ ਮੈਂ ਪੀਟੀ ਮਾਰਸ ਸੀ ਮੇਰੇ ਨੈਸ਼ਨਲ ਸਟੂਡੈਂਟ ਸਟਿਲ ਮਾਈ ਗ੍ਰੈਂਡ ਡਾਟਰ ਪਲੇਇੰਗ ਐਨ ਪੀਐਲ ਡਬਲੂ ਮੈਲਬੌਰਨ ਦੀ ਟੀਮ ਚ ਖੇਡਦੀ ਹੈ ਕਪਤਾਨ ਕੋਈ ਵੀ ਬੰਦਾ ਵੇਖ ਸਕਦਾ ਐਨ ਪੀਐਲ ਡਬਲੂ ਹੁਣ ਵੀ ਖੇਡ ਰਹੀ ਹੈ ਨੈਸ਼ਨਲ ਸੌਕਰ ਪਲੇਅਰ ਹੈ ਕਪਤਾਨ ਹੈ ਅਜੇ ਵੀ ਮਤਲਬ ਜਨੂਨ ਅੰਦਰ ਉਹ ਗੱਲ ਵਾਰਡ ਮਿਲਣਾ ਨਾ ਮਿਲਣਾ ਕਿੰਨਾ ਕੁਝ ਤੁਹਾਡੇ ਅੰਦਰ ਸਮਾਇਆ ਹੋਇਆ ਖਿਡਾਰੀ ਪੀਟੀ ਮਾਸਟਰ ਕਲਾਕਾਰ ਇਹਨਾਂ ਕੁਝ ਹਰਜੀਤ ਸਿੰਘ ਹਰ ਨੇ ਸਫਰ ਤੈਅ ਕੀਤਾ ਕੋਈ ਕਮੀ ਮਹਿਸੂਸ ਹੁੰਦੀ ਹੈ ਅੱਜ ਕਮੀ ਤਾਂ ਕਮੀ ਇਹ ਮਹਿਸੂਸ ਹੁੰਦੀ ਹੈ ਜਿਸ ਹਾਵਨਾ ਕੇਪੀ ਸਿੰਘ ਜੀ ਮੈਂ ਕੰਮ ਕੀਤਾ ਐਜੂਕੇਸ਼ਨ ਡਿਪਾਰਟਮੈਂਟ ਨੇ ਮੈਨੂੰ ਉਹਦਾ ਕ੍ਰੈਡਿਟ ਡਿਸਕ੍ਰੈਡਿਟ ਦਿੱਤਾ ਬੜਾ ਦੁੱਖ ਦੀ ਗੱਲ ਹੈ ਇੱਕ ਚੰਗਾ ਅਧਿਆਪਕ ਹੋਣ ਦੇ ਨਾਤੇ ਖਲੀਦ ਵਿਆਪਕ ਨਹੀਂ ਸਟਿਲ ਆਈ ਕੀਪ ਮਾਈ ਕੈਰੈਕਟਰ ਬੱਚਿਆਂ ਨੂੰ ਆਪਦੇ ਬੱਚਿਓ ਸਮਝਿਆ ਬੱਚਿਆਂ ਨੂੰ ਜਿਹੜਾ ਸਕੂਲ ਛੱਡ ਕੇ ਜਾਂਦਾ ਸੀਗਾ ਅੱਜ ਬੱਚੇ ਸੁਣਦੇ ਹੋਣਗੇ ਜਿਹੜਾ ਸਕੂਲ ਛੱਡ ਦੇ ਕੇ ਜਾਂਦਾ ਬਾਰੀਆਂ ਦੇ ਬੱਚੇ ਰੋਂਦੇ ਸਾਡਾ ਪੀਟੀ ਚੱਲਿਆ ਸਾਡਾ ਪੀਟੀ ਚੱਲਿਆ ਸ਼ਾਰਟਕਟ ਕਵਾਂ ਕੱਲ ਸਭ ਤੋਂ ਪਹਿਲਾਂ ਡਾਲੇ ਲੱਗਾ ਕੱਲ ਕਲਾ ਲੱਗਾ ਕੱਲ ਮਸਮਨਤ ਹੋ ਕੇ ਆਇਆ ਕੱਲ ਮੇਰਾ ਸਟੂਡੈਂਟ ਮਨਜੀਤ ਸਿੰਘ ਗਿਲ ਫਾਈਬਰ ਗਲਾਸ ਦਾ ਕੰਮ ਕਰ ਰਿਹਾ ਉਹਨੇ ਉਹਨੇ ਮਨਸਮਾਨਤ ਕੀਤਾ ਪਰ ਮੁੰਡਾ ਸਟੂਡੈਂਟ ਖੜੋ ਕੇ ਸਪੀਚ ਕਰ ਰਿਹਾ ਸੀਗਾ ਨੀਲਾ ਰੋਨ ਲਾਪਿਆ ਉਹ ਤਾਂ ਬੋਲਿਆ ਨਾ ਜਾਵੇ ਕਹਿੰਦਾ ਮਾਟੀ ਤੁਹਾਡੀ ਦੇਣਾ ਮੈਨੂੰ ਨੌਕਰੀ ਮਿਲੀ ਪੀਤੀ ਮਾਸਟਰ ਬਣਿਆ ਬੋਲਿਆ ਨਾ ਜਾਵੇ ਮੁੰਡੇ ਕੋਲ ਤੇ ਮੈਨੂੰ ਜਦੋਂ ਆਇਆ ਐਡੀ ਜੋਰ ਦੀ ਝੱਫੀ ਪਾਈ ਮੈਂ ਤਾਂ ਸਾਂ ਵੀ ਇਹ ਸਨਮਾਨ ਇਹ ਹੁੰਦੇ ਆ ਇਹ ਸਨਮਾਨ ਦਾ ਜੋ ਬੱਚੇ ਨੂੰ ਘੁੱਟ ਲਿਆ ਮੈਨੂੰ ਨਾ ਜੋਰ ਦੀ ਮੈਨੂੰ ਸਾਰਾਂ ਅੰਦਾਜ਼ਾ ਲੱਗ ਗਿਆ ਕਿੱਥੋਂ ਇਹ ਕਿਵੇਂ ਪਿਆਰ ਨਾਲ ਮੈਨੂੰ ਘੁੱਟਦਾ ਫੇ ਬੋਲਿਆ ਨਹੀਂ ਗਿਆ ਸਟੇਜ ਤੋਂ ਕੌਲਮ ਲਾ ਕੇ ਕਲਾ ਪਿਆਰ ਦੀ ਭੁਖੀ ਹੋਈ ਚਲਾ ਜਾਂਦੀ ਇੱਕ ਛੋਟਾ ਵਕਫਾ ਲੰਗਾ ਕਲਾ ਨੂੰ ਪਿਆਰ ਕਿੰਨਾ ਮਿਲਦਾ ਸਵਾਲ ਹੀ ਹੈ ਕਲਾਕਾਰ ਪਿਆਰ ਦਾ ਭੁੱਖਾ ਹੁੰਦਾ ਪਰ ਇਸ ਕਲਾਕਾਰ ਨੂੰ ਪਿਆਰ ਦੇ ਨਾਲ ਸਤਿਕਾਰ ਕਿੰਨਾ ਮਿਲਦਾ ਪਿਆ ਸਵਾਲ ਇਹ ਵੀ ਹੈ ਤੇ ਇਸ ਦੇ ਨਾਲ ਸਵਾਲੇ ਵੀ ਹੋਵੇਗਾ ਕਿ ਇਹ ਕਲਾ ਕਿੱਥੋਂ ਆਈ ਹੈ ਇਹ ਕਲਾ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਦਾ ਮੁਕਾਮ ਹੈਗਾ ਉਹ ਸਭ ਸਮਝਣ ਦੀ ਕੋਸ਼ਿਸ਼ ਕਰਾਂਗੇ ਵਾਪਸ ਆ ਰਹੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆਂ ਤੇ ਹਰਜੀਤ ਸੰਧੂ ਜੀ ਮੈਂ ਇਸ ਕਲਾ ਬਾਰੇ ਸਮਝਣਾ ਚਾਹੁੰਦਾ ਇਹ ਕਲਾ ਦਾ ਆਗਾਜ਼ ਕਿੱਥੋਂ ਹੁੰਦਾ ਹੈ ਕਲਾ ਕਿੰਨੀ ਪ੍ਰਾਤਨ ਹੈ ਤੇ ਸਾਡੇ ਦੇਸ਼ ਵਿੱਚ ਤੁਹਾਡੇ ਵਰਗੇ ਆਰਟਿਸਟ ਕਿੰਨੇ ਹੈਗੇ ਜਾਂ ਕੋਈ ਨਹੀਂ ਹੈਗਾ ਜੇ ਮੈਂ ਪੰਜਾਬ ਦਾ ਰਹਿਣ ਵਾਲਾ ਪੰਜਾਬ ਤੋਂ ਸ਼ੁਰੂ ਕਰਾਂ ਪੰਜਾਬ 'ਚ ਤਾਂ ਕੋਈ ਹੈ ਨਹੀਂ ਕੋਈ ਕੰਮ ਨਹੀਂ ਕੁ ਕਰ ਰਿਹਾ ਮੈਨੂੰ ਦੱਸਦੇ ਵੀ ਆਰਟਿਸਟ ਬੜੇ ਮੇਰੇ ਦੋਸਤ ਆ ਦੱਸਦੇ ਆ ਕਿ ਨਹੀਂ ਦਿੱਲੀ ਮੇਰਾ ਦੋਸਤ ਭੁਪਿੰਦਰ ਬਹੁਤ ਅੱਛਾ ਆਰਟਿਸਟ ਹੈ ਵਾਟਰ ਕਲਰ ਉਹ ਕਹਿੰਦਾ ਮਾਸਟਰ ਜੀ ਤੁਸੀਂ ਜਿਹੜਾ ਕੰਮ ਕਰਦੇ ਹੋ ਨਾ ਉਹ ਕੰਮ ਹੈ ਨਹੀਂ ਤੁਸੀਂ ਤਾਂ ਕਹਦੇ ਹੋ ਰੀਅਲਿਸਟਿਕ ਉਹ ਤਾਂ ਡਿਜ਼ਾਈਨਿੰਗ ਦਾ ਕਹਦੇ ਡਿਜ਼ਾਈਨਿੰਗ ਜਿਹੜੇ ਟੈਨਾ ਘਰਾਂ ਵਿੱਚ ਡੈਕੋਰੇਸ਼ਨ ਅੱਜ ਕੱਲ ਛੋਟੀਆਂ-ਜੋਟੀਆਂ ਟੈਲ ਹੁੰਦੀਆਂ ਆ ਦੇ ਇੱਕ ਇੰਚ ਦੀ ਕੋਈ ਡਿਜ਼ਾਈਨ ਬਣਾਤਾ ਪਰ ਪੋਰਟਰੇਟ ਬਣਾਉਣਾ ਲਾਈਫ ਬਣਾਉਣੀ ਅਜੇ ਕੋਈ ਨਹੀਂ ਕਰ ਰਿਹਾ ਮੈਂ ਇੱਥੇ ਆਪਦੀ ਅੱਖੀ ਮੋਜ਼ੇਕ ਦਾ ਕੰਮ ਕਿਤੇ ਵੇਖਿਆ ਨਹੀਂ ਹੋ ਸਕਦਾ ਕਿਤੇ ਬਹੁਤ ਚਿਰ ਪਹਿਲਾਂ ਕੋਈ ਸ਼ੈਲੀ ਚ ਆ ਕੇ ਕੋਈ ਕਰ ਗਿਆ ਕਿਤੇ ਇੰਦੀਆ ਤੇ ਮੈਨਾਂ ਘੁੰਮਿਆ ਨਹੀਂ ਹੋਵੇ ਪਰ ਅਜੇ ਕੋਈ ਹੈ ਨਹੀਂ ਪੰਜਾਬ ਤੇ ਟੋਟਲ 100% ਦਾ ਮੈਂ ਕੋਈ ਹੈ ਨਹੀਂਗਾ ਇਹ ਕਲਾ ਜਿਹੜੀ ਹੈ ਅਜੇ ਪੰਜਾਬ ਵਿੱਚ ਵਿਕਸਿਤ ਨਹੀਂ ਹੋਈ ਔਰ ਮੇਰੀ ਕੋਸ਼ਿਸ਼ ਹੈ ਤੁਹਾਡੇ ਜਰਨਲਿਸਟਾਂ ਲੋਕਾਂ ਤਾਈਂ ਕੱਲ ਪਹੁੰਚੇ ਇਹਦਾ ਮੂਜ਼ੇਕ ਦਾ ਮਜ਼ਾਕ ਨਾ ਸਮਝਿਆ ਜਾਵੇ ਇਹ ਐਡੀ ਔਖੀ ਕਲਾ ਹੈ ਸਾਲ-ਸਾਲ ਇਸ ਨੂੰ ਬਣਾਉਣ ਤੇ ਲੱਗ ਜਾਂਦਾ ਮੈਂ ਹੀ ਸਮਝਣਾ ਚਾਹ ਰਿਹਾ ਸੀਗਾ ਤੁਹਾਨੂੰ 11-12 ਸਾਲ ਹੋ ਗਏ ਕੰਮ ਕਰਦਿਆਂ ਨੂੰ ਤੇ ਤਕਰੀਬਨ 11 ਕੁ ਤੁਹਾਡੇ ਕੰਮ ਆ ਜਿਹੜੇ ਸਾਨੂੰ ਦਿਖਦੇ ਪਏ ਆ ਹਾਂਜੀ ਇੱਕ-ਇੱਕ ਸਾਲ ਲੱਗ ਜਾਂਦਾ ਬਣਾਉਣ ਤੇ ਹਾਂਜੀ ਜਿਹੜਾ ਜੇ 3/4 ਦਾ ਜਿਵੇਂ ਭਗਤ ਸਿੰਘ ਜੀ ਦਾ ਬਣਾਇਆ ਮੈਂ ਹਾਂ ਇਹਨੂੰ ਵੀ ਸਾਲ ਸਵਾ ਸਾਲ ਲੱਗ ਗਿਆ ਕੁਝ ਘਰ ਦੇ ਹਾਲਾਤ ਕਰਕੇ ਗਾਂਪਛਾ ਵੀ ਹੋ ਜਾਂਦਾ ਪਰ ਸਾਲ ਲੱਗਦਾ ਹੀ ਲੱਗਦਾ ਹਰਮੰਦਰ ਸਾਹਿਬ ਬਣਾਇਆ ਟੈਕਨੀਕਲ ਹੈ ਪਾਣੀ ਨੂੰ ਮੈਂ ਹਰਮੰਦਰ ਸਾਹਿਬ ਨੂੰ ਮੈਂ ਪਾਣੀ ਚ ਵਿਖਾਇਆ ਪਾਣੀ ਦੇ ਵਿੱਚ ਲਾਈਟ ਦੀ ਜੇ ਰਿਫਲੈਕਸ਼ਨ ਐ ਹਲਦੀਆ ਪਾਣੀ ਦੇ ਵਿੱਚ ਖਾਉਂਦੀ ਕੋਈ ਸੀ ਮੈਂ ਕੋਸ਼ਿਸ਼ ਕੀਤੀ ਹੈ ਕਿ ਦੇਖਣ ਵਾਲੇ ਲੋਕ ਜਦੋਂ ਵੇਖਣ ਖਲੋ ਕੇ ਉਹਨਾਂ ਨੂੰ ਇਹ ਲੱਗੇ ਕਿ ਅਸੀਂ ਹਰਮੰਦਰ ਸਾਹਿਬ ਕੋਲੇ ਖਲੋਤੇ ਆਂ ਤਾਂ ਪਾਣੀ ਦੇ ਵਿੱਚ ਐਂ ਕਰਦਾ ਜੇ ਉਸ ਜੇ ਉਹ ਫੀਲਿੰਗ ਆਉਂਦੀ ਹੈ ਕਿਸੇ ਬੰਦੇ ਮਨ 'ਚ ਤੇ ਇਹ ਸਮਝਦਾ ਕਿ ਹਰਜੀਤ ਕਲਾਕਾਰ ਮੂਜ਼ਿਕ ਕੰਮ ਕੰਚ ਕਾਮ ਵਿਆਹ ਉਹ ਤਾਂ ਹੁਣ ਦਰਸ਼ਕ ਦੇਖ ਕੇ ਦੱਸ ਸਕਦੇ ਆਂ ਜਿਵੇਂ ਬਾਬਾ ਫਰੀਦ ਬਣਾਇਆ ਬਾਬਾ ਫਰੀਦ ਤੋਂ ਸ਼ੁਰੂਆਤ ਹੋਈ ਬਾਬਾ ਫਰੀਦ ਦੀ ਦਾ ਮੇਰੇ ਤੇ ਮਿਹਰ ਵੀ ਬਹੁਤ ਹੋਈ ਉਹ ਸ਼ੁਰੂਆਤ ਹੀ ਮੇਰੀ ਉੱਤੋਂ ਹੋਈ ਤੇ ਕਿਤੇ ਦੇਖੋ ਕਿਤੇ ਗੌਰਨਾ ਵੇਖਿਓ ਫਰੀਦਕੋਟ ਜਾ ਕੇ 5 ਮਿੰਟ ਜ਼ਰੂਰ ਲਾਇਓ ਖਲੋ ਖਲੋਗੇ ਇੱਕ ਲਿਓ ਇੱਕ ਵਾਰ ਬਾਬਾ ਫਰੀਦ ਨੂੰ ਵੇਖ ਲਿਓ ਤੇ ਲਿਪਸ ਨੂੰ ਵੇਖ ਲਿਓ ਕਿ ਤੁਹਾਨੂੰ ਫੀਲਿੰਗ ਹੁੰਦੀ ਹੈ ਕਿ ਬਾਬਾ ਫਰੀਦ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਕਿ ਨਹੀਂ ਕਰਨਾ ਚਾਹੁੰਦਾ ਤਨ ਦਿਨ ਲੱਗੇ ਮੈਨੂੰ ਅੱਖਾਂ ਬਣਾਉਣ ਚ ਤਿੰਨ ਦਿਨ ਚ ਅੱਖਾਂ ਬਣਾਈਆਂ ਮੈਂ ਜਿੰਨੇ ਚ ਰੋਹਾਨੀਆਂ ਬਣੀਆਂ ਨਹੀਂ ਮੈਂ ਖਿਹੜਾ ਹੀ ਨਹੀਂ ਛੱਡਿਆ ਔਰ ਤੁਸੀਂ ਮੇਰਾ ਕਹਿਣ ਦਾ ਕੁਝ ਨਹੀਂ ਬਣਦਾ ਤੁਸੀਂ ਵੇਖ ਕੇ ਜੇ ਮਹਿਸੂਸ ਕਰੋਗੇ ਤੇ ਫਿਰ ਮੈਨੂੰ ਕਿਹਦੇ ਦੱਸੋਗੇ ਮਨੂੰਗਾ ਤੁਹਾਨੂੰ ਫਿਰ ਮੈਨੂੰ ਗੱਲ ਮੈਂ ਮੈਂ ਦੇਖਿਆ ਉਹ ਤੁਹਾਡਾ ਕੰਮ ਤੇ ਮੈਂ ਕਿਤੇ ਸੁਣ ਵੀ ਰਿਹਾ ਸੀ ਤੁਹਾਨੂੰ ਤਿੰਨ ਦਿਨ ਲੱਗੇ ਅੱਖਾਂ ਬਣਾਉਣ ਤੇ ਅੱਖਾਂ ਬਾਬਾ ਫਰੀਦ ਦੀਆਂ ਅੱਖਾਂ ਬਣਾਉਣੀਆਂ ਔਖੀਆਂ ਲੱਗੀਆਂ ਜਾਂ ਹਰਜੀਤ ਸਿੰਘ ਸੰਧੂ ਨੂੰ ਉਹਨਾਂ ਅੱਖਾਂ ਵਿੱਚ ਆਉਂਦੀ ਕਲਾਸਮੋਂ ਦੇ ਵਿੱਚ ਵਕਤ ਲੱਗ ਗਿਆ ਹਾਂ ਕਲਾ ਦੇ ਵਿੱਚ ਡੁੱਬ ਗਿਆ ਮੈਂ ਬਾਬੇ ਦੇ ਨਾ ਪਤਾ ਨਹੀਂ ਯਾਦ ਆ ਬਾਬਾ ਮੇਰੀ ਪ੍ਰੀਖਿਆ ਲੈਂਦਾ ਸੀ ਤੇ ਮੈਂ ਵੀ ਸੀਗਾ ਕਿ ਮੈਂ ਜਿੰਨਾ ਚਿਰ ਮੈਨੂੰ ਰੋਹਾਨੀਅਤ ਨਹੀਂ ਆਉਂਦੀ ਮੇਰੇ ਅੰਦਰ ਮੇਰੇ ਅੰਦਰ ਨਹੀਂ ਵਿਕਸਿਤ ਹੁੰਦੀ ਇਹ ਸੀ ਇਹ ਤਾਂ ਜੀ ਕੇਪੀ ਜੀ ਰੂਹ ਦੀਆਂ ਗੱਲਾਂ ਇਹ ਰੂਹ ਦੀਆਂ ਗੱਲਾਂ ਤੁਹਾਡਾ ਸਾਰਾ ਕੰਮ ਹੀ ਰੂਹ ਦਾ ਹਰ ਜੀ ਸਤਿ ਸ੍ਰੀ ਅਕਾਲ ਖੁੱਪ ਕੇ ਵਿੱਚ ਕਰਨਾ ਪੈਂਦਾ ਖੁੱਪ ਕੇ ਕਿਤੇ ਮੈਨੂੰ ਕੁਐਸਚਨ ਹੋਇਆ ਸੀ ਕਿ ਤੁਸੀਂ ਬੜਾ ਡੂੰਗਾ ਬੜਾ ਪਿਆਰ ਮੈਂ ਕਹਾਂ ਪਿਆਰ ਕਿਹੋ ਜਿਹਾ ਵੀ ਹੋਵੇ ਨਾ ਉਹ ਬੜਾ ਡੂੰਗਾ ਹੀ ਹੁੰਦਾ ਜੇ ਡੂੰਗਾ ਹੋਵੇ ਤੇ ਪਿਆਰ ਹੁੰਦਾ ਭਾਵੇਂ ਕਿਸੇ ਤੱਕ ਲੈ ਲਓ ਐਕਚੁਅਲੀ ਜਦੋਂ ਇੱਕ ਕਲਾਕਾਰ ਕੰਮ ਕਰਦਾ ਹਾਲਾਂਕਿ ਤੁਹਾਨੂੰ ਇਹ ਸਵਾਲ ਹਲਕਾ ਵੀ ਲੱਗੂਗਾ ਮੇਰਾ ਬਹੁਤੇ ਮੇਰੇ ਵਰਗੇ ਵੀ ਹੋਣਗੇ ਜਿਹੜੇ ਤੁਹਾਨੂੰ ਕਦੇ ਮਿਲੇ ਹੋਣਗੇ ਉਹ ਕਹਿੰਦੇ ਨੇ ਯਾਰ ਸੰਤੂ ਸਾਹਿਬ ਬੜਾ ਵਧੀਆ ਕੰਮ ਕਰਦੇ ਹੋ ਇੱਕ ਮੇਰਾ ਵੀ ਬਣਾ ਦਿਓ। ਉਹ ਆਵਾ ਤੁਹਾਡੇ ਪਲੇਸਰ ਕੀਤਾ ਤੁਸੀਂ ਹੁੰਦਾ ਤੇ ਉਹਨਾਂ ਨੂੰ ਇਹ ਗੱਲ ਆਪ ਦਤ ਉਹ ਗੱਲ ਨਾ ਸਾਡੇ ਪੰਜਾਬ ਨੂੰ ਪਤਾ ਹੀ ਨਹੀਂ ਮੈਂ ਨਹੀਂ ਕਹਿ ਰਿਹਾ ਮੇਰਾ ਬਣਾ ਦਿਓ ਮੈਂ ਨਹੀਂ ਕਹਿ ਰਿਹਾ ਨਹੀਂ ਤੇ ਇਹ ਤੁਹਾਡੀ ਗੱਲ ਤੋਂ ਬਣਾਸਾ ਆਇਆ ਮੈਨੂੰ ਕਹਿੰਦੇ ਕਈ ਬੰਦੇ ਹਾਂ ਉਹ ਸਾਡਾ ਬਣਾ ਦੇ ਯਾਰ ਮੈਂ ਕਹਿੰਦਾ ਬੰਦੇ ਨੂੰ ਮੇਰੇ ਨੂੰ ਪਤਾ ਹੀ ਨਹੀਂਗਾ ਕਿ ਇਹ 6 ਮਹੀਨੇ ਲਾ ਕੇ ਬਣੂਗਾ ਕਿੰਨਾ ਟਾਈਮ ਲੱਗੂਗਾ ਹੈ ਨਹੀਂ ਤੇ ਬਣਾ ਦੇ ਪਰ ਪਤਾ ਨਹੀਂ ਨਾ ਇਹ ਦੁਕਾਨ ਨੂੰ ਜਾਣਕਾਰੀ ਦੇਣੀ ਹੈ ਨਾ ਕਿ ਇਹਨੂੰ ਟਾਈਮ ਇੱਕ ਪੋਰਟਡ ਬਣਾਉਣ ਵਾਸਤੇ 5-6 ਮਹੀਨੇ ਲੱਗਦੇ ਆ ਪੋਰਟ ਛੋਟਾ ਹੁੰਦਾ 5-6 ਮਹੀਨੇ ਕਪਤਾਰ ਸਿੰਘ ਸਰਾਬਾ ਬਣਾਇਆ ਕਿ ਮੈਂ ਜ਼ਿੰਦਗੀ ਦੀ ਪਹਿਲੀ ਵਾਰ 4 ਮਹੀਨੇ ਵਿੱਚ 5 ਮਹੀਨੇ ਵਿੱਚ ਕਪਤਾਰ ਸਿੰਘ ਸਾਹਿਬ ਮੈਨੂੰ ਬਣਾਤਾ ਅੜਕ ਗਿਆ ਪੱਗ ਤੋਂ ਪੱਗ ਤੋਂ ਮੈਂ ਇਹ ਚਾਹੁੰਦਾ ਸੀ ਪੱਗ ਮੈਨੂੰ ਕਿ ਇਹਨੇ ਲਾਲ ਹਰਾ ਲਾਤਾ ਕਿ ਇਹਨੇ ਪੀਲਾ ਲਾਤਾ ਨਹੀਂ ਮੈਂ ਉਹ ਸਮੇਂ 'ਚ ਜਾਣਾ ਚਾਹੁੰਦਾ ਸੀ ਸਰਾਬੇ ਦੇ ਤੇਈ ਦੇ ਵਿੱਚ ਬਾਈ ਦੇ ਵਿੱਚ ਉਹ ਲੋਕ ਕੀ ਕਹੇ ਜਾਂ ਪਾਉਂਦੇ ਸੀ ਖੰਦਰ ਪਾਉਂਦੇ ਸੀ ਕੀ ਪਾਉਂਦੇ ਪੰਗਾ ਤੇ ਵੈਸੇ ਸਰਾਬੇ ਨੇ ਤਾਂ ਪੱਗ ਬੰਨੀ ਆ ਲੋਕੀ ਕਹਿੰਦੇ ਨਹੀਂ ਬੰਨੀ ਪੱਗ ਬੰਨੀ ਆ ਉਹ ਤਾਂ ਉਹਦੀ ਦੂਜੀ ਵੀ ਹੈਗੀ ਬੜੇ ਘਰਾਲਿਆ ਚੰਗਾ ਚਲੇ ਆਲੇ ਵਾਲ ਹੋ ਸਕਿਆ ਤਾਂ ਮੈਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗਾ ਉਹਨੂੰ ਬਣਾਵਾਗਾ ਤੇ ਉਹ ਮੈਨੂੰ ਮੇਰੇ ਦਿਲ ਚ ਹੁੰਦਾ ਕਿ ਮੈਂ ਜੇ ਹਜੇ ਇਹਦਾ ਇਹ ਪੋਟੈਂਸ ਵਿੱਚ ਤੁਸੀਂ ਗੱਲ ਕੀਤੀ ਹੈ ਵੇਖਣ ਨੂੰ ਚੰਗਾ ਲੱਗਦਾ ਜੇ ਮੈਂ ਕੰਮ ਕਰਦਾ ਫੇਰ ਬੰਦਾ ਕਵੇ ਵੀ ਤਾਂ ਇਹ ਤਾਂ ਭਜੂ ਉਥੋਂ ਲੋਹੀ ਨੇ ਕੱਲਾ ਜੋ ਸ਼ੀਸ਼ਾ ਵੱਜ ਜਾਂਦਾ ਕਿਤੇ ਵੱਜ ਜਾਂਦਾ ਵੱਜਦਾ ਵੱਜਣਾ ਹੀ ਹੈ ਸ਼ੀਸ਼ੇ ਨਾਲ ਖੇਡਣਾ ਤੁਸੀਂ ਕਿਵੇਂ ਬਚ ਜਿਓਗੇ ਪਰ ਇਹ ਨਹੀਂ ਮਕਸਦ ਵੱਜਤਾ ਹੈ ਕਿ ਮੇਰੇ ਦੇ ਚ ਆ ਗਿਆ ਕਿ ਮੈਂ ਬਣਾਉਣਾ ਹੀ ਬਣਾਉਣਾ ਇਹ ਨਹੀਂ ਹੋਇਆ ਯੂਰਪ ਚ ਹੋਇਆ ਨਹੀਂ ਹੋਇਆ ਦੁੱਖ ਦੀ ਇਹ ਗੱਲ ਕਿ ਸਰਕਾਰ ਨੇ ਪੰਜਾਬ ਨੇ ਸੋਚਿਆ ਹੀ ਨਹੀਂ ਇਹ ਮੁੰਡਾ ਕੀ ਕਰੀ ਜਾਂਦਾ ਹੁਣ ਤਾਈ ਪਰਾ ਦੁੱਖ ਲਗਾ ਬੜੀ ਮਹਿੰਗੀ ਕਲਾ ਕਿੰਨਾ ਕੁ ਖਰਚਾ ਹੁੰਦਾ ਇੱਕ ਪੋਰਟਰ ਬਣਾਉਣ ਤੇ ਸਾਰਾ ਇਹ ਲਾ ਦੇਖੋ ਜੀ ਲੇਬਰ ਬਹੁਤ ਆ ਦੇਖੋ ਨਾ ਜੇ ਬੰਦਾ ਇੱਕ ਸਾਲ ਵਿੱਚ ਬਣਾਉਂਦਾ ਤੇ ਮੈਂ business ਚ ਆਉਂਦਾ 70 80000 ਰੁਪਿਆ ਬਣਾ ਲੈਣਾ ਵੈਸੇ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਨਾ ਇਹ ਮੇਰਾ ਮੁੱਲ ਤਾਂ ਹੀ ਪੈਂਦਾ ਮੁੱਲ ਤਾਂ ਪੰਜਾਬ ਦੇ ਪੰਜਾਬੀਆਂ ਨੇ ਪਾਉਣਾ ਨਾ ਆਪਦੇ ਲੋਕਾਂ ਨੇ ਪਾਉਣਾ ਨਾ ਜਿਵੇਂ ਗੋਰਿਆਂ ਦਾ ਪੈਂਦਾ ਇਹ ਕੁਐਸਚਨ ਹੋਇਆ ਸੀ ਕਿ ਆ ਆਪਣਾ ਸਰਪੰਚਿੰਗ ਟੂ ਡੀ ਕੇ ਆਨੇ ਮੇਰੀ ਇੰਟੂ ਲਈਦੀ ਉਥੇ ਪੰਜ ਆਪ ਦੇ ਵਿੱਚ ਕਿਤੇ ਇਹਦੀ ਕੀਮਤ ਕੀਤੀ ਮੈਂ ਕਿਹਾ ਪੰਜਾਬੀ ਆਪੇ ਵਿੱਚ ਬੋਲਿਆ ਕਿ ਉਹਨਾਂ ਤੋਂ ਇੱਕ ਨਿਊਯਾਰਕ ਜੇ ਕੋਈ ਵੱਡਾ ਆਰਟਿਸਟ ਬਣਾ ਕੇ ਚਲਾ ਗਿਆ ਟੂ ਟ੍ਰੇਨ ਦੇ ਵਿੱਚ ਪੋਰਟਰਟ ਤੁਸੀਂ ਬਲੀਵ ਕਰੋਗੇ 2 ਮਿਲੀਅਨ ਡਾਲਰ ਲੈ ਕੇ ਗਿਆ 2 ਮਿਲੀਅਨ ਡਾਲਰ ਇੱਕ ਪੋਰਟਰਟ ਬਣਾ ਕੇ ਗਿਆ ਵੱਡਾ ਲਾਲੋ ਸਾਹਿਬ ਹੁਣ ਜੇ ਇਹ ਹਰਜੀਤ ਮੰਗੇ 200 ڈالر ਵੀ ਕਹੂੰਗਾ ਬਜਾਦਾ ਤੁਸੀਂ ਇੱਕ ਵਾਰੀ ਮੰਗੇ ਸੀਗੇ 20000 ڈالر ਹਾਂਜੀ ਮੇਰੀ ਜੀ ਕਲਾਵਾਂ ਦਿੱਲੀ ਗਈਆਂ ਇੱਕ ਹੀ ਜੈਨੀ ਜੈਨ ਬੰਦਾ ਲੈ ਕੇ ਚਲਾ ਗਿਆ ਮੈਨੂੰ ਬੜਾ ਫਿਰ ਪੈਕਿੰਗ ਦਾ ਖਰਚਾ ਵੀ ਦਿੱਤਾ ਸੀ ਤੁਹਾਨੂੰ ਸਾਰਾ ਕੁਝ ਦਿੱਤਾ ਜੀ ਮੈਨੂੰ ਦੁੱਖ ਇਸ ਗੱਲ ਦਾ ਕਿ ਜੈਨ ਬੰਦਾ ਦਿੱਲੀ ਦਾ ਅਸ਼ੋਕ ਜੈਨ ਔਰ ਉਹਨੇ ਮੈਨੂੰ ਕਮਾਲ ਦੀ ਇਹ ਗੱਲ ਕਿ ਲੈ ਗਿਆ ਵੱਖਰੀ ਗੱਲ ਹੈ ਅਸੀਂ ਕਲਾਕਾਰ ਤੁਹਾਨੂੰ ਪਤਾ ਹੈ इमोशनल ਹੁੰਦੇ ਆ ਉਸ ਬੰਦੇ ਨੇ ਮੇਰਾ ਫੇਸਬੁੱਕ ਤੇ ਵੇਖਿਆ ਤੇ ਪੀਐਨ ਸੁਦਰ ਨਰਾਇਣ ਜੀ ਨੇ ਕਾਲ ਲਾਈ ਮੇਰੇ ਸਾਹਿਬ ਇਹ ਖਰੀਦਣਾ ਚਾਹਤੇ ਸੰਧੂ ਸਾਹਿਬ ਆਪ ਇਸਕਾ ਕੀ ਚਾਹਤੇ ਮੈਂ ਕਹਾ ਜੀ 20000 ਡਾਲਰ ਪਹਿਲੀ ਬਾਤ ਤਾਂ ਮੋਝੇ ਮੱਕਾ ਇਤਨਾ ਮਿਲ ਰਹਾ ਸੀ ਕਹਿੰਦੇ ਕੁਛ ਨੀਚੇ ਹੋਣਗੇ ਮੈਂ ਪਹਿਲੀ ਬਾਤ ਤਾਂ ਮੈਨੇ ਦੇਣੀ ਨਹੀਂ ਮੇਰੇ ਅਲਬੀਲੀ ਨੇ ਇਤਨਾ ਆਰਡਰ ਆਫਰ ਕੀਤਾ ਹੋਆ ਤੇ ਮੈਂ ਉਸਕੋ ਦਿਆ ਨਹੀਂ ਕਹਿੰਦਾ ਜੀ ਉਹ ਤਾਂ ਜਨ ਸਾਹਿਬ ਖਰੀਦਣਾ ਚਾਹਤੇ ਹੈ ਤਾਂ ਮੈਨੇ ਕਹਾ ਫਿਰ ਮੈਂ 20 ਹੀ ਲਊਂਗਾ ਉਨ ਬਹੁਤ ਨਾਲ ਗੱਲ ਕੀਤੀ ਜੈਨ ਸਾਹਿਬ ਨਾਲ ਦੋ ਵਾਰ ਮੈਂ ਹੁਣ ਵਿਜ਼ਿਟ ਵੀ ਕਰ ਚੁੱਕਿਆ ਹਾਂ ਔਰ ਉਹ ਹਸਤੀ ਮੇਰੇ ਘਰ ਹੋ ਗਏ ਗਈ ਹੈ ਘਰੇ ਆਈ ਹੈ ਤੇ ਮੈਂ ਉਸ ਬੰਦੇ ਨੂੰ ਇਹ ਗੱਲ ਆਖੀ ਕਿ ਜੈਨ ਸਾਹਿਬ ਆਪ ਦਾ ਰਿਸ਼ਤਾ ਮੇਰੇ ਸਾਥ ਕੀ ਹੈ ਕ੍ਰਿਸ਼ਨ ਔਰ ਸੁਦਾਮਾ ਕਾ ਸੰਧੂ ਸਾਹਿਬ ਐਸੇ ਮਤ ਕਹੀਏ ਮਗਰ ਨਹੀਂ ਇਹ ਸਚਾਈ ਆਪਕੋ ਮੰਨਣਾ ਪੜੇਗਾ ਹਮ ਲੋਕ ਕਲਾਕਾਰ ਹੈ ਆਪ ਤੋ ਪੈਸੇ ਵਾਲੇ ਹੈ ਤੇ ਉਹ ਲੈ ਗਿਆ ਜੀ ਆਪਣਾ ਉਹ ਚੰਨ ਲਿਆ ਕਿਹੜਾ ਪੋਰਟਰੇਟ ਸੀ ਉਹ ਮਦਰਤੀ ਸਾਹਿਬ ਇੱਕ ਬਰਾ ਕੋ ਬਾਮਾ ਦਾ ਕਾਰਟੂਨ ਕਹਿ ਕੇ ਬਣਵਾਇਆ ਇੱਕ ਬਿੱਲੀਆਂ ਦਾ ਬਣਾਇਆ 25 25000 ਦਿਖ ਗਿਆ ਔਰ ਪੈਕਿੰਗ ਦੇ ਪੇਜੇ ਕਹਿੰਦੇ ਉਹਨੇ ਆਪ ਦਿੱਤੇ ਇੱਕ ਨਿਕਾਤਾਦਾਨੀ ਲਗਨ ਦਿੱਤਾ ਗੱਲ ਜਿਹੜੀ ਮੈਂ ਤੁਸੀਂ ਵਿੱਚੋਂ ਭੁੱਲ ਗਿਆ ਉਸ ਬੰਦੇ ਨੇ ਲੈ ਬਿਗੈਰ ਮੈਨੂੰ ਪੈਸੇ ਭੇਜਤੇ ਪਹਿਲਾ ਪਹਿਲਾ ਮਦਰਤੀ ਸਾਹਿਬੇ ਲੈ ਬਿਗਏ ਪੈਸੇ ਭੇਜਤੇ ਮੈਂ ਕੁਐਸਚਨ ਕੀਤਾ ਜਾ ਕੇ ਕਿ ਤੁਸੀਂ ਮੈਨੂੰ ਪੈਸੇ ਦੇਤੇ ਮੈਂ ਤੁਹਾਨੂੰ ਇਹ ਦਿੰਦਾ ਨਾ ਭੇਜਦਾ ਨਾ ਤੁਹਾਨੂੰ ਕੀ ਪਤਾ ਮੈਂ ਇੱਕ ਚੰਗਾ ਬੰਦਾ ਐ ਮਾੜਾ ਬੰਦਾ ਪਤਾ ਕਿਆ ਕਹਤੇ ਹੈ ਕਹਿਣ ਲਗੇ ਸੰਧੂ ਸਾਹਿਬ ਮੈਂ ਸਾਰੀ ਦੁਨੀਆ ਘੁਮਾਉਂ ਸਾਰੀ ਦੁਨੀਆ ਜੋ ਆਪ ਕੰਮ ਕਰ ਰਹੇ ਹੈ ਨਾ ਜੀ ਤੁਸੀਂ ਗੱਲ ਕੀਤੀ ਦੁਨੀਆ ਚ ਕਿੰਨੇ ਹੈ ਦੁਨੀਆ ਵਿੱਚ ਵਿਰਲੇ ਵਿਰਲੇ ਬੰਦ ਕੰਟਰੀ ਚ ਬੰਦੇ ਆ ਜਿਹੜੇ ਕੰਮ ਕਰਦੇ ਵਿਰਲੇ ਵਿਰਲੇ ਨਿਊਯਾਰਕ ਚ ਕੋਈ ਆਰਟਿਸਟ ਮਿਲੇਗਾ ਯਾਨੀ ਬਾੜੂ ਆ ਕੇ ਕਰਦੇ ਐ ਛੋਟਾ ਛੋਟਾ ਮੋਟਾ ਕੰਮ ਨਹੀਂ ਅਸੀਂ ਕਹਿੰਦੇ ਐਜ਼ ਅ ਆਰਟਿਸਟ ਵਿਰਲੇ ਵਿਰਲੇ ਜਿਹੜੇ ਕੰਮ ਕਰਦੇ ਆ ਹਰ ਇੱਕ ਨਹੀਂ ਕਰਦਾ ਕੰਮ ਬੜੇ ਵਿਰਲੇ-ਵਿਰਲੇ ਕਰਦੇ ਤੇ ਬੜਾ ਵਿਰਲਾ ਕੰਮ ਹੈ ਹਾਂਜੀ ਸ਼ੀਸ਼ਾ ਕਹਿੰਦਾ ਝੂਠ ਨਹੀਂ ਬੋਲਦਾ ਇੱਕ ਛੋਟਾ ਜਿਹਾ ਵਕਫਾ ਲਵਾਂਗੇ ਤੇ ਇਸੇ ਸ਼ੀਸ਼ੇ ਵਿੱਚ ਵਾਰ-ਵਾਰ ਦੇਖਦੇ ਹਾਂ ਜੀ ਇਸੇ ਸੰਦੂ ਜੋ ਸ਼ੀਸ਼ੇ ਵਿੱਚ ਅੱਖਾਂ ਮਲਾਈਆਂ ਜਾਂਦੀਆਂ ਫਿਰ ਉਹਨਾਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਪਤਾ ਲੱਗਦਾ ਹੈ ਕਿ ਤੁਸੀਂ ਕੰਮ ਕੀ ਕਰ ਰਹੇ ਹੋ ਤੇ ਇਹ ਅੱਖਾਂ ਗੱਲਾਂ ਕਰਦੇ ਭਰਦੀਆਂ ਵੀ ਪਈਆਂ ਵਾਪਸ ਆ ਰਹੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਹਰਜੀਤ ਸਿੰਘ ਸੰਧੂ ਮਜ਼ਾ ਦਾ ਆਰਟਿਸਟ ਸਾਡੇ ਨਾਲ ਇਸ ਵਕਤ ਮੌਜੂਦ ਹੋਏ ਆ। ਇਹਨਾਂ ਨੂੰ ਮੈਂ ਪਰਿਭਾਸ਼ਿਤ ਨਹੀਂ ਕਰ ਪਾ ਰਿਹਾ ਕਿਉਂਕਿ ਉਸ ਕਲਾ ਤੱਕ ਜਾਣਾ ਮੇਰੇ ਲਈ ਬੜਾ ਔਖਾ ਹੈਗਾ। ਪਰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿੰਨਾ ਕਿ ਮੈਂ ਸਮਝੂਗਾ ਮੈਨੂੰ ਲੱਗਦਾ ਤੁਸੀਂ ਉਸ ਤੋਂ ਵੱਧ ਸਮਝੋ ਕਿਉਂਕਿ ਤੁਸੀਂ ਕਲਾ ਪ੍ਰੇਮੀ ਹੋ। ਇਸ ਲਈ ਤੁਹਾਡੇ ਲਈ ਹਰਜੀਤ ਸਿੰਘ ਸੰਧੂ ਹੋਰਾਂ ਨੂੰ ਸਟੂਡੀਓ ਬੁਲਾਇਆ। ਖਾਸ ਤੌਰ ਤੇ ਅਮਰੀਕਾ ਤੋਂ ਆਏ ਆ। ਸੰਧੂ ਸਾਹਿਬ ਸੰਧੂ ਸਾਹਿਬ ਜਿਹੜਾ ਪਿਆ ਹੈ ਇਹਨੂੰ ਕਹਿੰਦੇ ਕੀ ਹੈ? ਏ ਜੀ ਸ਼ੀਸ਼ੇ ਦੀਆਂ 1/4 ਇੰਚ ਦੀਆਂ 1/3 ਤੈਲਾਂ ਤਾਂ ਜੋ ਕਹਿੰਦੇ ਵੱਡੀ ਤੈਰ ਛੋਟੀ ਤੈਰ ਇਹ ਸ਼ੀਸ਼ੇ ਦੀਆਂ ਇਹ ਸ਼ੀਸ਼ੇ ਦੀਆਂ ਅੱਛਾ ਇਹ ਸਾਰੀਆਂ ਰੰਗਦਾਰ ਕੁਝ ਲਿਮਟਿਡ ਕਲਰ ਹੁੰਦੇ ਜਿਹੜੇ ਆਪਾਂ ਇਹ ਤੁਸੀਂ ਵੇਖਨੇ ਬ੍ਰਾਊਨ ਕਲਰ ਆ ਇਹ ਮੈਂ ਜਿਸ ਨਾਲ ਕੰਮ ਕਰਦਾ ਪੱਥਰ ਤੇ ਵੀ ਕਰ ਕੀਤਾ ਜਾਂਦਾ ਉਹਨੂੰ ਕੱਟ-ਕੱਟ ਕੇ ਆ ਇਹਨੂੰ ਇਹਨੂੰ ਕੱਟਣਾ ਪੈਂਦਾ ਪਲੱਕਰ ਦੇ ਨਾਲ ਕੱਟੀਦਾ ਆ ਪਲਕਰ ਪਿਆ ਇਹ ਨਹੀਂ ਇਹ ਨਹੀਂ ਇਹ ਨਹੀਂ ਪਲਕਰ ਨਹੀਂ ਸੌਰੀ ਕਟਰ ਹੁੰਦਾ ਉਹ ਉਹਨੂੰ ਕੱਟਦਾ ਹੈ ਕੱਟਦਾ ਤੁਸੀਂ ਚੱਕਦੇ ਹੋਗੇ ਹਾਂ ਇਹ ਇਹ ਚੱਕੀ ਚੱਕੀ ਦਾ ਹੈ ਇਹ ਸਿੰਪਲੀ ਹੈ ਪਲਕਰ ਔਰਤਾਂ استعمال ਕਰਦੀਆਂ ਹਾਂ ਆਈਬ੍ਰੋ ਵਾਸਤੇ ਉਹੀ ਹੈ ਜਿਵੇਂ ਡੈਂਟਿਸਟ ਦੰਦ ਸਾਫ ਕਰਨ ਹੁੰਦਾ ਕੁੰਡੀ ਜਿਹੜਾ ਕਰਦੇ ਉਸ ਟਾਇਲ ਕਰਦੇ ਇਹ ਮੋਚਣਾ ਟਾਈਪ ਮੰਨੀਏ ਇਹ ਮੋਚਣਾ ਹੀ ਸਮਝੋ ਮੋਚਣਾ ਪੰਜਾਬੀ ਚ ਮੋਚਣਾ ਹੀ ਕਹੋਗੇ ਮੋਚਣਾ ਹੀ ਹੈ ਫਲੈਟ ਮੋਚਣਾ ਐ ਕਰਕੇ ਆ ਵੇਖੋ ਤਾਂ ਸਮਝ ਇਹ ਆ ਜਿਹੜੀ ਟਾਇਲ ਆ ਚੱਕਣੀ ਗਲੂ ਜਿਹੜਾ ਹੁੰਦੀ ਉਹਦੇ ਵਿੱਚ ਪਾ ਕੇ ਹਾਂ ਐਸ ਪਾਸੇ ਦੀ ਆ ਕੇ ਇਹ ਲਾ ਕੇ ਗਲੂ ਦੇ ਵਿੱਚ ਲਾ ਕੇ ਲਾ ਦੀ ਇਹਦਾ ਫਲੇਟ ਆ ਨਾ ਜਦੋਂ ਮੈਂ ਕੱਟਣਾ ਫਿਰ ਕੱਟ-ਕੱਟ ਕੇ ਵੀ ਆਂ ਸ਼ੀਸ਼ੇ ਕੱਟੇ ਜਿਵੇਂ ਆ ਵੇਖੋ ਨਿੱਕੇ ਨਿੱਕੇ ਕੱਟੇ ਨਿੱਕੇ ਨਿੱਕੇ ਇੱਥੇ ਇੱਥੇ ਤਾਂ ਇਮਤਿਹਾਨ ਹੁੰਦਾ ਜੇ ਤੂੰ ਕੱਟਦੇ ਉਹਨੂੰ ਇਹਦਾ ਕੱਟਣਾ ਬੜਾ ਔਖਾ ਹੈ ਬਹੁਤ ਔਖਾ ਹੈ ਹੱਥ 'ਚ ਵੱਜਦਾ ਵੀ ਹੈ ਹਾਂ ਵੱਜਦਾ ਚਿੱਪ ਬਣ ਜਾਂਦੀ ਹੈ ਇਹਦੀ ਬਹੁਤ ਚਿੱਪ ਬਣ ਜਾਂਦੀ ਹੈ ਫਿਰ ਇੱਕ ਪੱਥਰ ਦਾ ਹੁੰਦਾ ਮੈਂ ਲੈ ਕੇ ਨਹੀਂ ਆਇਆ ਉਹਦੇ ਤੇ ਲਗੜਦੇ ਆ ਜੋ ਬਾਬਾ ਵੀ ਤੀ ਵੇਖਿਆ ਨਾ ਉਹਦੇ ਵਾਰ ਬਣਾਏ ਤੇ ਜੋ ਰਗੜਦਾ ਪਤਾ ਨਹੀਂ ਲੱਗਦਾ ਮੇਰਾ ਪੋਟਾ ਘਸਦਾ ਕਿ ਸ਼ੀਸ਼ਾ ਘਸਦਾ ਉਹ ਪਤਾ ਕਦੋਂ ਪਤਾ ਲੱਗਦਾ ਜੋ ਜੋ ਥੋੜਾ ਕਹ ਜੀ ਨਾ ਜੋ ਜੋ ਹਟੀਦਾ ਨਾ ਤੇ ਪੋਟਾ ਟਸ ਟਸ ਕਰ ਲਾ ਪੈਂਦਾ ਮੈਂ ਸਮਝਾ ਕਿ ਤੁਹਾਡਾ ਖੂਨ ਵੀ ਉਹਨਾਂ ਰੰਗਾਂ ਵਿੱਚ ਮਿਲ ਜਾਂਦਾ ਬਸ ਜੀ ਕਿਤੇ ਕਿਤੇ ਐ ਵੀ ਹੋ ਜਾਂਦਾ ਟੇਲਾਂ ਨੂੰ ਵੀ ਖੂਨ ਲੱਗ ਜਾਂਦਾ ਇਕਦਮ ਨਹੀਂ ਸੰਭਾਲਿਆ ਜਾਂਦਾ ਤੱਕਾਂਦਾ ਵੱਜ ਗਿਆ ਤੇ ਉਹਦਾ ਇਹਦਾ ਖੂਨ ਬਹੁਤ ਫਾਸਟ ਹੁੰਦਾ ਹੁਣ ਬਹੁਤੇ ਨਿਕਲਦਾ ਇਹ ਐ ਨਹੀਂ ਜੇ ਉਹ ਵੱਜਾਂ ਨਹੀਂ ਪਰ ਮੈਂ ਇੰਨਾ ਕੀ ਵੱਜਦੇ ਤੇ ਤੀਰ ਹੀ ਛੇਤੀ ਰੁਕਦੇ ਨਹੀਂ ਰੁਕਦਾ ਨਹੀਂ ਕੁੰਚੇ ਤੀ ਕੋਈ ਛਿਸ਼ਾਂ ਛਿਸ਼ਾ ਕੱਢਿਆ ਉਹਦੇ ਬਾਅਦ ਫੇਰ ਚੱਲਣਾ ਪਰ ਇਹ ਕੋਈ ਗੱਲ ਨਹੀਂ ਇਹ ਤਾਂ ਛਿਧੀਆਂ ਬੜੀ ਲੋਕ ਕਰ ਦਿੱਤੀਆਂ ਤਾਂ ਨਿਕਾ ਜਾ ਨਹੀਂ ਇਹ ਤਾਂ ਫੇਰ ਜਿਹੜੇ ਹੁਣ ਦਰਸ਼ਕ ਤੁਹਾਨੂੰ ਦੇਖਦੇ ਪਏ ਆ ਜਾਂ ਜਿਨ੍ਹਾਂ ਨੇ ਇਸ ਆਰਟ ਵਿੱਚ ਜਾਣਾ ਹਾਂ ਉਹਨਾਂ ਨੂੰ ਤਾਂ ਡਰ ਲੱਗਦਾ ਪਿਆ ਹੋਊਗਾ ਡਰਨ ਨੂੰ ਦੇਖੋ ਜੀ ਪੋਟੇ ਜਦੋਂ ਕੱਸਦੇ ਆ ਪੋਟੇ ਬੋਲਦੇ ਆ ਬੋਲਦੇ ਆ ਜੇ ਪੋਟੇ ਬੋਲਣਗੇ ਤਾਂ ਕੰਮ ਹੋਊਗਾ ਪੋਟੇ ਨਾ ਬੋਲੇ ਤਾਂ ਕੰਮ ਕਿਵੇਂ ਹੋਊਗਾ ਪੋਟੇ ਨੂੰ ਤਾਂ ਬੋਰੀ ਨਹੀਂ ਪਹੂਗਾ ਪੋਟੇ ਤਾਂ ਰੁੱਝ ਜਾਂਦੇ ਆ ਇੱਥੇ ਤਾਂ ਇਨੀ ਕਿ ਰਾਤ ਦਿਨ ਨਿਕਲ ਜਾਂਦੀ ਹੈ ਰਾਤ ਦਿਨ ਰਾਤ ਵੀ ਨਿਕਲ ਜਾਂਦੀ ਪਤਾ ਨਹੀਂ ਲੱਗਦਾ ਵੀ ਉਹ ਕਿੰਨਾ ਵੱਡਾ ਇਹਦਾ ਇਸ਼ਕ ਹੈ ਕੰਬ ਦਾ ਜੋ ਲੱਗ ਜਾਂਦਾ ਨਾ ਜੇ ਬੰਦਾ ਮੈਨੂੰ ਮੇਰੀ ਵਾਈਫ ਉਹਨਾਂ ਕਈ ਵਾਰ ਤਾਂ ਇਹ ਹਰੇ ਕਲਾਕਾਰ ਨਾ ਹੁੰਦਾ ਮੈਂ ਕੱਲਾ ਨਹੀਂ ਚਾਹ ਪਈ ਪਈ ਹੈ ਹਾਂਜੀ ਚਾਹ ਪੀਤੀ ਕਿੱਥੇ ਰੱਖੀ ਹੈ ਉਹ ਤੁਹਾਡੇ ਕੋਲੇ ਪਈ ਹੈ ਠੰਡੀ ਹੋ ਗਈ ਨਹੀਂ ਪੀਤੀ ਉਹ ਧਿਆਨ ਉਹ ਇਹਨਾਂ ਜੇ ਧਿਆਨ ਛੱਡ ਦੂੰਗਾ ਮੈਂ ਤੋਂ ਚਾ ਨੇ ਧਿਆਨ ਚਾਦੀ ਇਸ ਦਾ ਆਉਣ ਲੱਪਿਆ ਮੈਨੂੰ ਤੇ ਇਧਰ ਟੈਸਟ ਖਤਮ ਹੋ ਜਾਣਾ ਕਈ ਵਾਰ ਨਹੀਂ ਚੱਕ ਨੂੰ ਦਿਲ ਕਰਦਾ ਕਰਦੇ ਰੋਕਦੇ ਨੇ ਕਈ ਵਾਰੀ ਕਰਦੇ ਤਾਂ ਜੀ ਇਹਨਾਂ ਰੋਕਦੇ ਹਉਣਗੇ ਹਾਂ ਰੋਕਦੇ ਪਰ ਉਹਨਾਂ ਨੂੰ ਪਤਾ ਇਹ ਹਟਾ ਵਾਲਾ ਬੰਦਾ ਨਹੀਂ ਦੇਖਿਆ ਉਹ ਟੂਰਨਾਮੈਂਟਾਂ ਤੋਂ ਵੀ ਵੇਖਿਆ ਐਕਸਪੋਰਟਸਮੈਨ ਤੋਂ ਵੀ ਵੇਖਿਆ ਕਿ ਜਦੋਂ ਟੂਰਨਾਮੈਂਟ ਹੁੰਦੇ ਸੀ ਨਾ ਜੀ ਮੈਂ ਤੁਹਾਨੂੰ ਦੱਸਾਂ ਤੇ ਮੇਰੀ ਮਾਤਾ ਨੇ ਕਹਿਣਾ ਵੀ ਕੁੜੀਏ ਧਿਆਨ ਨਾ ਚੱਲੇ ਹੁਣ ਟੂਰਨਾਮੈਂਟ ਆ ਗਏ ਇਹਨੇ ਪੈਸੇ ਨਹੀਂ ਘਰੇ ਲੈਉਣੇ ਬੱਚਿਆਂ ਤੇ ਲਾਦ ਦੇਣੇ ਨੇ ਟੂਰਨਾਮੈਂਟਾਂ ਨੂੰ ਖੇਡ ਖੇਡ ਪਾਲਣੇ ਵੀ ਕਿਦਾ ਸੌਖਾ ਨਹੀਂ ਸੀਗਾ ਨੇਚਰਲ ਬੱਚੇ ਘੜਾਉਣੇ ਕਿ ਸੌਕੇ ਨਹੀਂ ਸਰਕਾਰ ਕੀ ਦਿੰਦੀ 3 ਰੁਪਏ 6 ਰੁਪਏ ਇੱਕ ਪਲੇਅਰ ਨੂੰ 6 ਰੁਪਏ ਕੋਰੋਂ ਲੋਣੇ ਪੈਂਦੇ ਸੀ ਜਦੋਂ ਜਾਣਾ ਜਿਲ੍ਹਾ ਪੰਜਾਬ ਤੇ ਬਲਾਕਾਂ 'ਚ ਤਾਂ ਪੈਸਾ ਨਹੀਂ ਲੱਗਦਾ ਜਾਂ ਜਿਲ੍ਹੇ 'ਚ ਜਾਂ ਪੰਜਾਬ 'ਚ ਉਹਦਾ ਖਰਚਾ ਹੁੰਦਾ ਹੁਣ ਤੁਸੀਂ ਇਸ ਕਲਾ ਨੂੰ ਵਿਕਸਿਤ ਕਰਨ ਦੇ ਲਈ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਤੁਸੀਂ ਕੋਈ ਵਰਕਸ਼ਾਪ ਲਾਉਣਾ ਚਾਹੁੰਦੇ ਹੋ ਜਾਂ ਵਰਕਸ਼ਾਪ ਲਾਈਆਂ ਉਹਨਾਂ ਵਿੱਚ ਕੋਈ ਹੰਗਾਰਾ ਨਹੀਂ ਮਿਲੇਗਾ ਕੀ ਚਾਹੁੰਨੇ ਕੀ ਤੁਹਾਡੀ ਤਮੰਨਾ ਕੀ ਹੈ ਤਮੰਨਾ ਤਾਂ ਦੇਖੋ ਜੀ ਸਰਕਾਰ ਥੋੜਾ ਮੁੱਲ ਆਸਰਾ ਦੇਵੇ ਲਾਵੇ ਲੋਕਾਂ ਚ ਲਿਆਵੇ ਕੰਮ ਕਰਾਵੇ ਇਹੋ ਜੇ ਮੈਂ ਤਾਂ ਕੰਨ ਤਿਆਰ ਆਪਦੇ ਤੌਰ ਤੇ ਕਰਦਾ ਰਿਹਾ ਮੈਂ ਇੰਨਾ ਬਣਾ ਗਿਆ ਕਰਤਾਰ ਸਿੰਘ ਸਰਬਾ ਭਗਤ ਸਿੰਘ ਜਿਵੇਂ ਅਜਮਾਨ ਆਪਣਾ ਭਗਵੰਤ ਮਾ ਜੀ ਬੜਾ ਫੈਨ ਹੈਗੇ ਪਾਕਿਸਤਾਨ ਫੈਮਿਲੀ ਦੇ ਉਤੇ ਖੜਕਲਕ ਲੱਗ ਗਏ ਇਸੇ ਤੱਕਾ ਹਰਜੀਤ ਦੀ ਵੀ ਤਮੰਨਾ ਇਹ ਜੀ ਹੈਗੀ ਆ ਖੜਕਲਕਣਾ ਚ ਹਰਜੀਤ ਵੀ ਸੰਧੂ ਆ ਪਾਕਿਸਤਾਨ ਵੀ ਸੰਧੂ ਸੀ ਪਰਿਵਾਰ ਵੀ ਮੈਂ ਐਗਜ਼ੀਬਿਸ਼ਨ ਕਰਕੇ ਆ ਕੈਨੇਡਾ ਵਿੱਚ ਸਿਖਾਰੀ ਤੇ ਗੈਰੀ ਚ ਬੜਾ ਸਨਮਾਨ ਮਿਲਿਆ ਮੈਨੂੰ ਬਹੁਤ ਜ਼ਿਆਦਾ ਮਿਲਿਆ ਹੁਣ ਚਾਹੁੰਦੇ ਆ ਕਿ ਲੱਗੇ ਤੇ ਪੰਜਾਬ ਸਰਕਾਰ ਪੂਰਾ ਸਹਿਯੋਗ ਦੇਵੇ ਮੈਨੂੰ ਇਸ ਮੈਨੂੰ ਸਨਮਾਨ ਇਹ ਮੈਨੂੰ ਕ੍ਰੈਡਿਟ ਕ੍ਰੈਡਿਟ ਮਿਲਣਾ ਚਾਹੀਦਾ ਕਲਾਕਾਰ ਨੂੰ ਮੈਂ ਕਹਦਾ ਕਿਵੇਂ ਕਲਾਕਾਰ ਕਿਵੇਂ ਵਿਕਸਿਤ ਹੋ ਦੱਸੋ ਤੁਸੀਂ ਬੜਾ ਹੀ ਅਜੀਬ ਲੱਗਦਾ ਜਦੋਂ ਇੱਕ ਕਲਾਕਾਰ ਨੂੰ ਆਪਦਾ ਕ੍ਰੈਡਿਟ ਜਾਂ ਆਪਦਾ ਸਨਮਾਨ ਮੰਗਣਾ ਪੈਂਦਾ ਹਾਂ ਹਾਂ ਬੜਾ ਅਜੀਬ ਲੱਗਦਾ ਬਹੁਤ ਲੱਗਦਾ ਜੀ ਹਮੇ ਉਹ ਤਾਂ ਮੈਂ ਮੈਨੂੰ ਨਾਰਥ ਇੰਡੀਆ ਦਾ ਵਾਰਡ ਮਿਲੇ ਪਰ ਇਹ ਜੇ ਕੰਮ ਮੈਂ ਕਰ ਦਿੱਤਾ ਮੈਂ ਹੈਰਾਨ ਹ ਜਿਸ ਉਮੀਦ ਨਾਲ ਮੈਂ ਉਤਰਿਆ ਸੀ ਗਰਾਊਂਡ 'ਚ ਉਹ ਤਾਂ ਗਰਾਊਂਡ ਮੈਨੂੰ ਨਜ਼ਰ ਆਉਂਦੀ ਨਹੀਂ ਮਾਜੁਰ ਹਰਮੰਦਰ ਸਾਹਿਬ ਲੈ ਕੇ ਆਇਆ ਕੱਲਾ ਚੱਕ ਕੇ ਲਿਆ ਮੇਰਾ ਬੇਟਾ ਕਹਿੰਦਾ ਡੈਡੀ ਤੁਸੀਂ ਲੈ ਕੇ ਚੱਲੇ ਹੋ ਬੜਾ ਔਖਾ ਹੈ ਤੇ ਤੁਹਾਨੂੰ ਕਿਸੇ ਨੇ ਪੁੱਛਿਆ ਨਾ ਪਰ ਮੈਂ ਜਦੋਂ ਆਇਆ ਇੱਥੇ ਵੇਖ ਕੇ ਆਪਣਾ ਆਰਮ ਸਿੰਘ ਜਿਹੜੇ ਸੋਭਾ ਸੌਂਦੇ ਸਟੂਡੈਂਟ ਚੇਲੇ ਜਿਹੜੇ ਸਿੱਖਦੇ ਰਹੇ ਉਹ ਦਿੱਲੀ ਅੱਜਕਾ ਪੋਰਟਰੇਟ ਬਣਾਉਂਦੇ ਆ ਉਹਨਾਂ ਨੇ ਪਰਮਿਸ਼ਨ ਦੇਣੀ ਸੀ ਕਿ ਇਹ ਜਦੋਂ ਵੇਖਿਆ ਸਾਧਨਾ ਸੰਗਠ ਦੇ ਘਰ ਮੈਂ ਰਕਿਆ ਸੀ ਤੇ ਮੇਰਾ ਜਿਹੜਾ ਸੀ ਨਾ ਹਰਮਨ ਸਿੰਘ ਉਹ ਤਾਂ ਮੈਂ ਲਲਕ ਅਕੈਡਮੀ ਚ ਦਫਤੇ ਛੜਿਆ ਸੀ ਛੋਟਾ ਮੈਂ ਚੱਕ ਲਿਆ ਕਰੇ ਉਹਦੇ ਸਾਹ ਜਦੋਂ ਬਣੇ ਤੇ ਬਲੂਮਬਰਗ ਦਾ ਵੇਖਿਆ ਉਹ ਚਾਹ ਵੀ ਨਹੀਂ ਪੀਤੇ ਐ ਸਿੱਧੇ ਜਾ ਕੇ ਉਹਨਾਂ ਨੂੰ ਪਤਾ ਲੱਗ ਗਿਆ ਮuze ਘਾਟੇ ਕਹਿੰਦੀ ਸਾਧਨਾ ਮੈਂ ਕਹੀ ਤਾਂ ਤੇ ਕਹਿ ਚੁੱਕਿਆ ਕਿ ਤੂੰ ਕਹਿੰਨੀ ਐ ਕਿ ਇਹਨਾਂ ਦੀ ਨਮਾਇਸ਼ ਲਾਈਏ ਕਹਿੰਦਾ ਇਹਨਾਂ ਨੂੰ ਆਨਰ ਕਰੋ ਅਵਾਰਡ ਦਿਓ ਅਜੀ ਜਏ ਮੈਂ ਸੋਚਦਾ ਸੀ ਨੇਕ ਚੰਦ ਜੀ ਨਾਲ ਬੜਾ ਪਿਆਰ ਹੁੰਦਾ ਦਾ ਕਹਿੰਦਾ ਨੇਕ ਚੰਦ ਦੀ ਬਸ ਸੋਚਦਾ ਸੀ ਕਿ ਕੋਈ ਬੰਦਾ ਪੰਜਾਬੀ ਹੋਊਗਾ ਹੀ ਨਹੀਂ ਇਹ ਕੰਮ ਵਾਲਾ ਕਹਿੰਦਾ ਪਤਾ ਕੀ ਕਹਿੰਦੇ ਆ ਆਰਮ ਸਿੰਘ ਕਹਿੰਦੇ ਇਹਨਾਂ ਨੇ ਕੱਚੀ ਜੀ ਮੰਗੜੀ ਕੱਟ ਮਾਰੀ ਹੈ ਤੇ ਨਵਾਂ ਕੰਮ ਲਿਆਂਦਾ ਜਿਹਦੀ ਅਸੀਂ ਉਮੀਦ ਹੀ ਨਹੀਂ ਸਕਦੇ ਹੁਣ ਮੈਂ ਤਾਂ ਕਰ ਲਿਆ ਨਾ ਮੈਂ ਤਾਂ ਕਰ ਕਰਦੇ ਆ ਤੁਹਾਨੂੰ ਤੁਹਾਨੂੰ ਕਿੱਥੋਂ ਲੱਗਿਆ ਵੀ ਇਹ ਮੈਨੂੰ ਕੰਮ ਕਰਨਾ ਚਾਹੀਦਾ ਮੈਂ ਜੀ ਜਦੋਂ ਮੈਂ ਨਿਊਯਾਰਕ ਗਿਆ ਨਾ ਤੇ ਇਟਾਲੀਅਨ ਦੇ ਮੈਂ ਕੰਮ ਕਰਦਾ ਸੀਗਾ ਉਹ ਨਾ ਟੋਨੀ ਆ ਇਜ਼ ਵੈਰੀ ਗੁੱਡ ਪਰਸਨ ਟਾਲੀ ਤੋਂ ਪਤਾ ਬੜੇ ਆਰਟਿਸਟ ਹੁੰਦੇ ਔਰ ਮੈਨੂੰ ਗੈਸ ਟੈਂਕ ਤੋਂ ਲੈ ਕੇ ਗਿਆ ਬੰਦਾ ਵੇਖ ਕੇ ਇਹ ਬੰਦਾ ਟੈਲੈਂਟ ਹੈ ਤੇ ਮੈਨੂੰ ਗੱਲਾਂ ਬਾਤਾਂ 'ਚ ਗੱਲਾਂ ਕੀਤੇ ਮੈਂ ਕਿਹਾ ਮੈਂ ਫਾਈਂਡ ਆਊਟ ਦਾ ਉਹਦੇ ਉਹਦੇ ਲੱਗ ਗਿਆ ਤੇ ਕੰਮ ਤੇ ਉਹਦੀ ਗੱਡੀਆਂ 10 ਗੱਡੀਆਂ ਤੇਲ ਪਾਉਂਦੀ ਗੈਸ ਉਹਦੇ ਲੱਗ ਗਿਆ ਉਹਨਾਂ ਦਾ ਬੈਸਟ ਮਾਰਬਲ ਮੈਨ ਬਣਿਆ ਕਟਰ ਬਣਿਆ ਉਹਨਾਂ ਦੇ ਉਹਨਾਂ ਦੇ ਸ਼ੋਅ ਰੂਮ ਤੇ ਕਿ ਸਪੇਨ ਤੋਂ ਫਿਸ਼ ਬਣੀ ਆ ਗਈ ਕਹਿੰਦਾ ਡੈਕੋਰੇਸ਼ਨ ਹੁੰਦੇ ਕਿ ਨਹੀਂ ਦੋ ਫਿਚਾਂ ਐ ਜਾਂਦੀਆਂ ਬਾਜੀ ਅੱਗ ਲੱਗ ਗਈ ਮੇਰੇ ਅੰਦਰ ਅਜੀਤ ਭਜਤ ਹੋਏ ਪੰਜ ਰੋਜ਼ ਦੇਖਣਾ ਰੋਜ਼ ਸਵੇਰੇ ਜਾ ਕੇ ਉਹਨੂੰ ਉਦਰਚਨ ਕਰਨੇ ਮੈਂ ਕਿਹਾ ਫਿਰ ਆ ਗਿਆ ਭਜ ਤੂੰ ਕੋ ਪੈਸੇ ਦੀ ਲੋੜ ਸੀ ਟਾਈਮ ਸੀਗਾ ਮੇਰਾ ਟਾਈਮ ਸਹੀ ਨਹੀਂ ਸੀ ਉਸ ਵੇਲੇ ਤੇ ਮੈਂ ਸੋਚਾ ਚਾਰ ਪੈਸੇ ਹੋ ਜਾਣ ਤੇ ਮੈਂ ਉਹਦੇ ਬਾਅਦ ਹੀ ਮੈਂ ਉਹਦੇ ਉਹਨਾਂ ਦੇ ਸਾਹਮਣੇ ਬਿਜ਼ਨਸ ਖੋਲਿਆ ਸਾਈਨ ਬਿਜ਼ਨਸ ਖੋਲਿਆ ਅਟ੍ਰੈਕ ਲੈਟਰਿੰਗ ਇਹ ਚੀਜ਼ਾਂ ਦਾ ਕੰਮ ਕਰਦਾ ਰਿਹਾ ਮੈਂ ਤੇ ਉਹਦੇ ਨਾਲ ਹੀ ਮੈਂ ਇਹ ਸ਼ੁਰੂ ਕਰ ਲਿਆ ਤਾਰਾਂ ਤੇ ਲਿਖਦੇ ਸੀ ਗੱਡੀਆਂ ਤੇ ਲਿਖਿਆ ਫਿਰ ਮੈਂ ਕੰਪਿਊਟਰ ਤੇ ਬਣਾਉਣ ਲੱਪਿਆ ਉਹ ਬਾ ਮੈਂ ਦੱਸਾਂ ਨਹੀਂ ਕੁਦਰਤ ਨੇ ਮੈਨੂੰ ਪਰਮਾਤਮਾ ਨੇ ਜਿਹੜਿਆ ਮੇਰੇ ਹੱਥਾਂ ਨਾਲ ਕੇਪੀ ਸਿੰਘ ਇਹ ਜੀ ਬਹੁਤ ਨਿਆਮਤ ਦਿੱਤੀ ਜਿੱਥੇ ਲਾਲਾ ਨਾ ਮੱਤ ਮੈਨੂੰ ਪਤਾ ਇੱਕ ਵਾਰੀ ਫਿਰ ਮਲਾਣਾ ਜਰੂਰ ਮਰਾ ਤੁਸੀਂ ਵੀ ਬਹੁਤ ਕੈਲੀਬਰ ਹੋ ਮੈਂ ਤੁਹਾਡੀ ਇੰਟਰਵਿਊ ਸੁਣਦਾ ਮੈਂ ਵੀ ਬੜਾ ਪ੍ਰਭਾਵਿਤ ਹਾਂ ਮੈਂ ਵੀ ਸੋਚਦਾ ਜੇਕਰ ਮੈਂ ਨਿਊਯਾਰਕ ਚ ਗਿਆ ਤੇ ਚੰ디ਗੜ੍ਹ ਕੇ ਪੀ ਸਿੰਘ ਉਹਨਾਂ ਨਾਲ ਮਿਲਾਂਗਾ ਤੇ ਤੁਸੀਂ ਬੜਾ ਸਨਮਾਨ ਦਿੱਤਾ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਕਲਾ ਨਾਲ ਪਿਆਰ ਕਰਦੇ ਹੋ ਤੁਸੀਂ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗਾ ਵੈਸੇ ਮੇਰੇ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਬ੍ਰੇਕ ਲਵਾਂ ਬੜੀ ਇੰਟਰਸਟਿੰਗ ਗੱਲਾਂ ਤੁਹਾਡੇ ਕੋਲੇ ਇੱਕ ਹੋਰ ਛੋਟਾ ਜਿਹਾ ਵਕਫਾ ਵਕਤ ਬਾਅਦ ਵਾਪਸ ਆਵਾਂਗੇ ਕਲਾ ਨੂੰ ਸਮਝਣ ਲਈ ਉਸ ਕਲਾ ਦੇ ਸਾਗਰ ਵਿੱਚ ਉਤਰਨਾ ਪੈਂਦਾ ਹੈ ਤੇ ਹਰ ਕੋਈ ਨਹੀਂ ਉਤਰ ਸਕਦਾ ਕਿਉਂਕਿ ਕਲਾ ਦਿਨੋਂ ਗਾਇਬ ਹੋ ਜਦਾ ਹੁੰਦੀ ਹੈ ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਜੋਗਾ ਇਹਨਾਂ ਦੇ ਕੋਲੋਂ ਮੈਂ ਕੁਝ ਕਢਵਾ ਸਕਾਂ ਕੁਝ ਹਿੱਸੇ ਜਿਹੜੇ ਉਸ ਦੁਨੀਆ ਦੇ ਵਿੱਚ ਜਿਹੜੇ ਉਹ ਵਿਚਰ ਜਾਣ ਕਿਉਂਕਿ ਮੈਂ ਨਹੀਂ ਚਾਹੁੰਦਾਗਾ ਕਿ ਇਹ ਕਲਾ ਇਹਨਾਂ ਦੇ ਨਾਲ ਸਮਾਪਤ ਹੋ ਜਾਵੇ ਵਾਪਸ ਆ ਇੱਕ ਵਾਰ ਫੇ ਤੁਹਾਡਾ ਸਵਾਗਤ ਕਰਦੇ ਆਂ ਤੇ ਹਰਜੀਤ ਸਿੰਘ ਸੰਧੂ ਸਾਡੇ ਨਾਲ ਹੈਗੇ ਆ ਸੰਧੂ ਸਾਹਿਬ ਜਦੋਂ ਇੱਕ ਕਲਾਕਾਰ ਹੁੰਦਾ ਉਹ ਸ਼ਾਮ ਨੂੰ ਉਹਦੇ ਬਰਸ਼ ਭੁੱਲ ਜਾਂਦਾ ਫਿਰ ਉਹਨੂੰ ਇੱਕ ਤੇਲ ਦੇ ਵਿੱਚ ਰੱਖ ਕੇ ਜਾਂਦਾ ਵੀ ਸੁੱਕ ਨਾ ਜਾਵੇ ਹਾਂਜੀ ਤੁਹਾਡੇ ਔਜ਼ਾਰ ਕੀ ਹੈ ਜਿਹਨਾਂ ਤੁਸੀਂ ਕੰਮ ਕਰਦੇ ਹੋ ਆਪ ਲੱਕਰ ਤੁਸੀਂ ਮੈਨੂੰ ਦੱਸਤਾ ਫਿਰ ਕੋ ਕਟਰ ਹੁੰਦਾ ਜਿਹੜਾ ਮੈਂ ਦੇਖਿਆ ਸੀ ਛੋਟੇ ਹੁੰਦੇ ਆ ਕੋਈ ਕਟਿੰਗ ਕਰਦੇ ਡਾਇਮੰਡ ਨਾਲ ਸ਼ੀਸ਼ਾ ਕੱਟਦੇ ਉਹ ਸੀ ਉਹ ਡਿਫਰੈਂਟ ਆ ਉਹ ਸ਼ੀਸ਼ਾ ਤੋਂ ਹੀ ਕਰਨੇ ਐ ਮਾਰ ਕੇ ਫੁੱਟਾ ਰੱਖਿਆ ਤੱਕਾ ਮਾਰਦੇ ਸੀ ਸੱਟ ਤੇ ਉਹ ਨਹੀਂ ਉਹ ਨਹੀਂ ਕਟਰ ਹੁੰਦਾ ਇਹਦਾ ਇਹਦਾ ਔਖਾ ਹੀ ਕੱਟਿਆ ਜਾਂਦਾ ਇਹ ਕੱਟਿਆ ਜਾਂਦਾ ਫਿਰ ਇਹਨੂੰ ਪੱਥਰ ਤੇ ਜਾਣਾ ਹੀ ਪੈਂਦਾ ਯਾ ਛੋਟੀ ਡ੍ਰਿਲ ਹੁੰਦੀ ਅੱਜ ਕਾ ਚੱਲਦੀ ਹੈ ਜਿਵੇਂ ਡਾਇਮੰਡ ਵਾਲੇ ਕਰਦੇ ਆ ਨਾ ਇਹ ਗੋਲ ਜੀ ਹੁੰਦੀ ਹੈ ਮਸ਼ੀਨਾਂ ਲੱਗੀ ਤੇ ਛੋਟੀ ਦੇਨ ਉਲ ਉਮਾਗੇ ਰਫ ਕੰਮ ਤਾਂ ਕਰ ਲਈਦਾ ਫਿਨਿਸ਼ਿੰਗ ਨਹੀਂ ਹੋ ਸਕਦੀ ਫਿਨਿਸ਼ਿੰਗ ਜੇ ਵਿੱਚ ਤੇ ਤੇ ਚੱਲਦੀ ਹੋ ਚਿਪ ਬਣ ਜਾਂਦੀ ਹੈ ਡੈਮੇਜ ਚ ਆਪਣੀ ਬਣਾ ਡਾਇਮੰਡ ਤੇ ਚਿਪਨੀ ਬਣੀ ਸੀਸੇ ਬਣ ਜਾਂਦੀ ਹੈ ਫਿਰ ਉਹ ਫਿਰ ਪੱਥਰ ਤੇ ਇਸੇ ਕਰਕੇ ਕਹਿੰਦੇ ਪੋਟੇ ਬੋਲ पे ਉਹ ਚਾਨਾ ਜੀ ਮੇਰੀ ਕਿਤੇ ਜਦੋਂ ਅਕੈਡਮੀ ਅਵਾਰਡ ਮਿਲਿਆ ਤਾਂ ਆਏ ਤਾਂ ਉਹਨਾਂ ਨੇ ਕੈਪਚਰ ਰੱਖਿਆ ਪੋਟੇ ਬੋਲ पे ਤੇ ਮੈਂ ਕਿਤਾਬ ਤੇ ਵੀ ਪਰਮਿਸ਼ਨ ਲੈ ਕੇ ਪੋਟੇ ਬੋਲ पे ਰੱਖਿਆ ਆ ਮੈਨੂੰ ਬੜੀ ਲੱਗੀ ਦਿਲ ਨੂੰ ਵਾਕਿਆ ਪੋਟੇ ਜਦੋਂ ਘਸਦੇ ਆ ਕੰਮ ਕਰਦੇਗਾ ਬਹੁਤ ਕਸਾਈ ਹੁੰਦੀ ਹੈ ਪਾਊਡਰ ਵੀ ਉੱਡਦਾ ਪ੍ਰੋਬਲਮ ਵੀ ਆਉਂਦੀ ਆ ਅੱਖ ਤੇ ਸ਼ੀਸ਼ਾ ਲਾ ਕੇ ਰੱਖੀਦਾ ਤੇ ਟੂਲ ਤਾਂ ਦੇਖੋ ਤੁਸੀਂ ਦੀ ਗੱਲ ਕੀਤੀ ਹੈ ਇੱਕ ਤਾਂ ਪਲੱਕਰ ਆ ਗਿਆ ਜੀ ਇੱਕ ਜਦ ਦੰਦ ਸਾਫ ਕਰਨਾ ਕਰੇਲਾ ਲਾਉਣਾ ਹੁੰਦਾ ਉਹ ਹੈਗਾ ਨੰਬਰ 2 ਨੰਬਰ 10 ਗਲੂ ਜਿਹੜੀ ਆਮ ਗਲੂ ਨਹੀਂ ਹੁੰਦੀ ਸਪੈਸ਼ਲ ਗਲੂ ਹੁੰਦੀ ਹੈ ਇਹਦੇ ਚੂਬਾਂ ਚ ਆਉਂਦੀ ਹੈ ਇਟਾਲ ਇਟਲੀ ਦੀ ਬੀਟੀ ਆਉਂਦੇ ਆ ਤੇ ਉਹ ਜਿੱਥੇ ਲੱਕੜ ਤੇ ਲਾਤਾ ਨਾ ਇਹ ਤੇ ਪੱਥਰ ਤੇ ਲਾਤਾ ਹਾਰਡਵਰ ਸੀਮੈਂਟ ਤੇ ਲਾਤਾ ਜੇ ਚਾਨ ਚਾਰ ਮਹੀਨੇ ਕੱਟ ਗਿਆ ਫਿਰ ਪਲਾਸ ਉਹ ਛੀਂਦੇ ਇਸਤੇਮਾਲ ਨਹੀਂ ਕਰ ਸਕਦਾ ਸੌਫਟਡ ਹੈ ਤੇ ਫਿਰ ਪਲਾਸ ਦੇ ਨਾਲ ਐ ਮਾਰ ਮਾਰ ਕੇ ਤੋੜਨਾ ਕਿਤੇ ਕੱਟਣਾ ਪੈਂਦਾ ਅਕਰਤਾ ਸਿੰਘ ਸਰਾਬਾਤ ਜਿਹਨਾਂ ਬਣਾਇਆ ਸੀ ਤੇ ਸਰਦਾਰ ਆਪਣੇ ਰਾਈਟਰ ਹੈਗੇ ਆ ਪੰਜਾਬੀ ਭਾਸ਼ਾ ਦੇ ਗੁਰਪਜਨ ਸਿੰਘ ਜੀ ਗਿਲ ਉਹ ਕਹਿੰਦੇ ਥੋੜੀ ਪੱਗ ਦਾ ਲੜਾਏ ਕਰੋ ਕੱਲ੍ਹ ਸਹੀ ਕਰੋ ਮੈਂ ਕਰ ਦਿੱਤਾ ਮੈਂ ਕਿਹਾ ਵੀ ਉਹਨਾਂ ਨੇ ਤਾਂ ਕਹਿਤਾ ਤੇ ਹੁਣ ਮੈਨੂੰ ਤੋੜਨਾ ਪਿਆ ਮੈਂ ਕਿਹਾ ਬੜਾ ਔਖਾ ਸੀਗਾ ਬੜਾ ਔਖਾ ਔਖਾ ਕੀਤਾ ਅਚਾ ਇੱਕ ਜਿਵੇਂ ਅਸੀਂ ਆਮ ਤੌਰ ਤੇ ਕੋਈ ਪੇਂਟਿੰਗਸ ਦੇਖਦੇ ਹਾਂ ਜਾਂ ਆਮ ਤੌਰ ਤੇ ਕੋਈ ਕਲਾਕਾਰ ਕਿਸੇ ਚੀਜ਼ ਨੂੰ ਕੈਮਸ ਤੇ ਉਤਾਰਦਾ ਉਹ ਕੁਛ ਸਮੇਂ ਬਾਅਦ ਕੁਛ ਫਿੱਕਾ ਹੋ ਜਾਂਦਾ ਹੈ ਕੁਛ ਦੇ ਰੰਗ ਢਲ ਜਾਂਦੇ ਆ ਕਿਸੇ ਦਾ ਕੋਈ ਜਿਹੜੀ ਵੀ ਚੀਜ਼ ਆ ਬਣਿਆ ਹੁੰਦਾ ਕਾਰਡਬੋਰਡ ਆ ਜਾਂ ਗੱਤਾ ਜੋ ਵੀ ਟਾਈਮ ਪੈਕੇਜ ਹਾਂ ਟਾਈਮ ਪੈਕੇਜ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਇਹ ਇਹਦੀ ਗਰੰਟੀ ਕੀ ਹੈ ਮੈਂ ਤਾਂ ਇਹ ਸੁਣਿਆ ਕਿ ਜ਼ਿੰਦਗੀ ਤੱਕ ਰਹਿੰਦਾ ਹੈ ਹਾਂਜੀ ਇੱਕ ਜ਼ਿੰਦਗੀ ਕਈ ਜ਼ਿੰਦਗੀਆਂ ਦੇਖਣਗੀਆਂ ਕਈ ਪੀੜੀਆਂ ਵੇਖਣਗੀਆਂ ਇੱਕ ਪੀੜੀ ਨਹੀਂ ਵੇਖੂ ਦਰਸ਼ਕੋ ਕਈ ਪੀੜੀਆਂ ਵੇਖਣੀਆਂ 2000 ਸਾਲ ਦਾ ਕੰਮ ਮੈਂ ਇਟਲੀ ਚ ਪਿਛਲੇ ਸਾਲ ਇਟਲੀ ਰੋਮ ਰਵੇਨਾ ਸ਼ਹਿਰ ਜਿੱਥੇ ਇਹ ਕੰਮ ਸ਼ੁਰੂ ਹੋਇਆ ਬੈਂਜਨਟਾਈਨ ਪੀਰੀਅਡ ਤੇ ਕ੍ਰਿਸਚੀਅਨ ਤੋਂ ਪਹਿਲਾਂ ਵੇਖਿਆ ਅਰੇ ਬਾਹ ਉਹਦੀ ਚਮਕ ਉਹਦੀ ਉਵੇਂ ਆ ਬਿਲਕੁਲ ਉਹ ਮੇਰੇ ਨਾਲ ਸਾਫ ਕਰਨਾ ਕਰਨਾ ਜੇ ਸ਼ੀਸ਼ੇ ਨੂੰ ਮੰਨ ਲਓ ਆਪਾਂ ਸ਼ੀਸ਼ੇ ਦਾ ਹਾਂ ਸਾਫ ਕਰਨਾ ਬੜਾ ਅੱਛਾ ਕੁਐਸਚਨ ਹੈ ਚਲੋ ਜੀ 400 ਸਾਲ ਲੰਘ ਗਏ ਵਾਤਾਵਰਣ ਦੇ ਹਿਸਾਬ ਨਾਲ ਜੇ ਬਾਹਰ ਲੱਗਾ ਤੇ ਉਹਦਾ ਉਹਦੇ ਤੇ ਮੋਇਸਚਰ ਆਊਗਾ ਸ਼ੀਸ਼ੇ ਦੇ ਮੋਇਸਚਰ ਤੋਂ ਲਾ ਹੋ ਜਾਊਗਾ ਤੇ ਵਿਨੀਗਰ ਲਾਓ ਤੁਸੀਂ ਬੀਗਰ ਨਾ ਸਾਫ ਹੋਏ ਨਾ ਮੈਂ ਕਹਿੰਦਾ ਚੱਲ 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 ਜਦੋਂ ਮੈਂ ਕੰਮ ਕਰਦਾ ਵੀ ਨਹੀਂ ਕਰਦਾ ਮੜਾ ਮੜਾ ਕਰਦਾ ਨਾ ਜਿਵੇਂ ਅਸੀਂ ਜਿਵੇਂ ਅਸੀਂ ਚਾਰਟ ਤੇ ਡਰਾਇੰਗ ਕਰਦੇ ਸੀਗੇ ਉਹਦੇ ਤੇ ਕੋਈ ਮੈਲਾ ਹੋ ਜਾਂਦਾ ਸੀਗਾ ਉਹ ਤੇ ਅਸੀਂ ਉਹ ਸੁੱਕੀ ਬਰੈਡ ਦੇ ਨਾਲ ਨੂੰ ਸਾਫ ਕਰਦੇ ਰਹੇ ਹਾਂ ਹਲਕਾ ਉਹ ਲਾਈਟ ਕਰਨਾ ਕਿਉਂ ਖਰਾਬ ਨਾ ਕਰ ਦੇ ਉਹ ਹੁੰਦਾ ਸੀਗਾ ਕਿ ਇਹ ਫਰੈਸ਼ ਫਰੈਸ਼ ਬਰੈਡ ਨਾਲ ਨਹੀਂ ਸੁੱਕੀ ਬਰੈਡ ਨਾਲ ਸੁੱਕੀ ਬਰੈਡ ਨਾਲ ਸਾਫ ਕਰਨਾ ਜਿਵੇਂ ਰਬੜ ਨਾ ਪਾ ਗਦੇ ਉਹ ਨਾਲ ਕਿ ਸਾਰਾ ਆਰਟਵਰਕ ਨਾ ਖਰਾਬ ਹੋ ਜਾਵੇ ਜਦੋਂ ਇਹ ਜਿਹੜੀ ਇਹ ਮੈਂ ਕਰਦਾ ਮੇਰਾ ਮਕਸਦ ਵੀ ਇਹ ਰਿਹਾ ਕਿ ਮੈਂ ਮੈਂ ਬੁੱਤ ਘੜੀ ਵੀ ਕੀਤੀ ਮੈਂ ਲੱਕੜ ਤੇ ਵੀ ਕੰਮ ਕੀਤਾ ਮੈਂ ਅਮਰੀਕਾ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਅਫਤਾਰ ਸਾਨੂੰ ਤੇ ਜੰਮੂ ਖੁਸੂਰੀਆ ਜੀ ਨੂੰ ਮਿਲਿਆ ਡਾਕਟਰ ਸ੍ਰੋਜ ਪਾਂਦੇ ਜੀ ਨੇ ਮੈਨੂੰ ਆਖਿਆ ਸੀ ਅਜੀਤ ਤੂੰ ਇਹ ਪੱਥਰ ਤੇ ਕੰਮ ਕਰਨਾ ਤੇ ਖੁਜੂਰੀਆ ਜੀ ਨੂੰ ਮਿਲ ਕੇ ਆ ਤੇ ਮੈਂ ਉਹ ਸ਼ੁਰੂ ਕਰਦੇ ਕਰਦੇ ਤੇ ਛੇਣੀ ਸ਼ੁਰੂ ਕਰਦੇ ਮੈਂ ਅਮਰੀਕਾ ਚਲਾ ਗਿਆ ਆਪਾਂ ਗੱਲ ਕਰ ਰਹੇ ਆ ਕਿ ਤੁਸੀਂ ਕਹਿ ਰਹੇ ਹੋ ਕਿ ਛੇਣੀ ਨਾਲ ਸਰਵ ਕਰਨਾ ਬੜਾ ਔਖਾ ਹੁੰਦਾ ਆਪਦੇ ਆਰਟ ਨੂੰ ਬਣਾ ਕੇ ਉਸ ਦੇ ਵਿੱਚ ਸੁਧਾਰ ਕਰਨਾ ਤੁਹਾਨੂੰ ਬਹੁਤ ਲੋਕ ਕਦੇ ਕਹਿੰਦੇ ਆ ਵੀ ਥੋੜਾ ਇਹਦੇ ਚ ਇਹਦਾ ਨੱਕ ਟੇਡਾ ਹੈ ਇਹਦੀਆਂ ਅੱਖਾਂ ਇਦਾਂ ਇਹਨੂੰ ਥੋੜਾ ਸੈੱਟ ਕਰ ਲਓ ਜਿਵੇਂ ਹੁਣ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਹਾਂਜੀ ਉਹ ਐਂ ਜੀ ਕਈ ਵਾਰ ਜਦੋਂ ਕੋਈ ਕੰਮ ਕੀਤਾ ਜਾਂਦਾ ਹੈ ਕੋਈ ਵੇਖ ਲੈਂਦਾ ਜੇ ਇਹਦੀ ਅੱਖ ਕੰਮ ਕਰਦੀ ਇਸ ਸਾਈਡ ਤੇ ਉਹ ਕਵੇ ਤੇ ਆਪ ਨੂੰ ਵੀ ਮਹਿਸੂਸ ਹੁੰਦਾ ਤੁਹਾਡੀ ਗੱਲ ਤੋਂ ਮੈਨੂੰ ਇੱਕ ਯਾਦ ਆ ਗਿਆ ਮਲਕੀਸ਼ ਸਿੰਘ ਜਦੋਂ ਮੈਂ ਐਗਜ਼ਿਬਿਸ਼ਨ ਕਰਨ ਆਇਆ ਹਰਮਨਦੇਵ ਸਾਹਿਬ ਦਾ ਇਹ ਕਰਦੇ ਕਰਦੇ ਨਾ ਆਏ ਤੇ ਉਹਨੇ ਆਰਟੀਕਲ ਇਹ ਕਰਨਾ ਤੂੰ ਦੱਸਿਆ ਕੋਈ ਮੈਂ ਰਠੌਰ ਦਾ ਸਟੂਡੈਂਟ ਆ ਕਹਿੰਦਾ ਤੈਨੂੰ ਗੱਲ ਦੱਸਾਂ ਤੂੰ ਰਠੌਰ ਦਾ ਸਟੂਡੈਂਟ ਹੈ ਹਰ ਮੰਦਰ ਸਾਹਿਬ ਜੋ ਬੁਲਾਇਆ ਹੈ ਆ ਤੇਰੀ ਲੈਂ ਥੋੜੀ ਟਾਂਕ ਹੋਈ ਇਹ ਤੇ ਠਾਣ ਜਾਣੀ ਚਾਹੀਦੀ ਮੈਂ ਉਦੋਂ ਹੀ ਮੰਨ ਗਿਆ ਮੈਂ ਕਿ ਹਾਂ ਜੀ ਗਲਤੀ ਹੋਈ ਹੈ ਮਲਕੀ ਸਿੰਘ ਜਿਹੜੇ ਆਰਟਿਸਟ ਉਹਨਾਂ ਦੀ ਜਿਹੜੀ ਡੈਥ ਹੋਈ ਸੀ ਮੈਂ ਮਿਲਿਆ ਉਹਨਾਂ ਦਾ ਇਹ ਤੂੰ ਕੀਤਾ ਹਾਂ ਜੀ ਤੋ ਕਹਿੰਦੇ ਤੇਰੀ ਲਾਈਟ ਜਿਹੜੀ ਚੱਬ ਦਾ ਆ ਗਿਆ ਹੋ ਗਈ ਉਹ ਮਹਿਸੂਸ ਹੋਇਆ ਕੀ ਵਾਕਿਆ ਸਹੀ ਹੁੰਦਾ ਪਰ ਆਰਟਿਸਟ ਦੀ ਉਂਗਲ ਚੁੱਕ ਕੇ ਫੇਰ ਬੰਦਾ ਮੰਨ ਲੈਂਦਾ ਕੋਈ ਹੋਰ ਕਦੇ ਫੇਰ ਨਹੀਂ ਮੰਨਦਾ ਨਹੀਂ ਨਹੀਂ ਕਲਾਕਾਰ ਤਾਂ ਕਹਿੰਦਾ ਫੇਰ ਦਿਮਾਗ ਚ ਗੱਲ ਜਾਂਦੀ ਠੰਡ ਜਾਂਦੀ ਹੈ ਜਿਵੇਂ ਮੈਂ ਕਰਤਾ ਸੀ ਸਰਾਬੇ ਦਾ ਕਾਲ ਸਹੀ ਕਿਦ ਦੇ ਹੈ ਨਾ ਇੱਕ ਨੜ ਜਿਹਾ ਥੋੜਾ ਕੀਚਿਆ ਉਹ ਮੈਨੂੰ ਮਹਿਸੂਸ ਹੁੰਦਾ ਸੀ ਉਹ ਜਦੋਂ ਆਖਤਾ ਕਿਸ ਨੇ ਉਹਨਾਂ ਨੇ ਤੇ ਫੇਰ ਮੈਨੂੰ ਲੱਗਾ ਕਿ ਵਾਕਿਆ ਸਹੀ ਹੈ ਇਹਨੂੰ ਕਰ ਤੁਹਾਡੀ ਵਿਰਾਸਤ ਕਿਸੇ ਕੋਲੇ ਹੋਊਗੀ ਇਸ ਤੋਂ ਬਾਅਦ ਮੈਂ ਤਾਂ ਚਾਹੁੰਦਾ ਜੀ ਅਜੇ ਤਾਂ ਇੱਕ ਚਲੋ ਮੇਰਾ ਸਟੂਡੈਂਟ ਮਨਜੀਤ ਕਲ ਕਲਾ ਗਿਲ ਉਹ ਫਾਈਬਰ ਗਲਾਸ ਤੇ ਕੰਮ ਕਰ ਰਿਹਾ ਮੈਨੂੰ ਮਾਨ ਹੈ ਕਿ ਮੈਂ ਤੁਸੀਂ ਵਿਰਾਸਤ ਦੀ ਗੱਲ ਕੀਤੀ ਹੈ ਤੇ ਮੈਂ ਵੀ 74 ਸਾਲ ਦਾ ਹੋ ਗਿਆ ਸਮਾਂ ਆਉਂਟ ਹੈ ਹਰ ਇੱਕ ਨੇ ਆਉਣਾ ਜਾਣਾ ਉਹ ਤਾਂ ਬਣਿਆ ਹੈ ਬਣ ਕੇ ਵਗੂ ਚੱਲਣਾ ਤੇ ਉਹ ਮੈਂ ਉਮੀਦ ਕਰਦਾ ਕੋਈ ਮਜ਼ੇਕ ਦੇ ਵਿਚਾਵੇ ਮੈਂ ਇੱਥੇ ਕਈ ਥਾਂ ਤੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਵੀ ਲਾਇਆ ਬੱਚਿਆਂ ਨੂੰ ਸਟੂਡੈਂਟ ਨਾ ਇੱਥੇ ਪੰਜਾਬ ਚ ਕੀਤਾ ਮੈਂ ਚਾਹੁੰਦਾ ਕਿ ਇਹਨਾਂ ਨੂੰ ਬੱਚਿਆਂ ਨੂੰ ਦੱਸਿਆ ਜਾਵੇ ਰੂਬੂ ਪ੍ਰੋਗਰਾਮ ਕਰਾਇਆ ਜਾਂ ਪੰਜਾਬ ਦੇ ਵਿੱਚ ਸਕੂਲਾਂ ਚ ਜਾ ਕੇ ਦੱਸਿਆ ਜਾਏ ਬੱਚੇ ਨੂੰ ਤਾਂ ਹੀ ਕੰਮ ਕਰਨਗੇ ਕਿ ਆ ਕੀ ਕੰਮ ਹੈ ਨਹੀਂ ਇਹਦੇ ਸਵਾਲ ਇੱਕ ਹੋਰ ਵੀ ਹੈ ਕਲਾ ਤੁਹਾਨੂੰ ਮਾਲੀ ਤੌਰ ਤੇ ਮਜ਼ਬੂਤ ਨਹੀਂ ਕਰ ਸਕਦੀ ਨਹੀਂ ਤੁਸੀਂ ਜੇ ਇਸ ਕਲਾ ਵਿੱਚ ਇਸ ਆਸਕ ਨਾਲ ਚੱਲੋ ਕਿ ਮੈਂ ਪੈਸੇ ਬਣਾਉਂਗਾ ਇਹ ਨਹੀਂ ਕਰ ਸਕਦੇ ਇਹ ਨਹੀਂ ਕਰ ਸਕਦੇ ਕਿ ਤੁਹਾਨੂੰ ਕਿਹਨੇ ਪੇ ਨਾ ਕੀਤਾ ਚਲ ਮੈਂ ਤਾਂ ਅਮਰੀਕਾ 'ਚ ਬੈਠਾ ਸੀ ਸਾਈਡ ਬਿਜ਼ਨਸ ਸੀ ਮੇਰਾ ਸਾਈਨ ਬਿਜ਼ਨਸ ਇਹ ਮੈਂ ਤਾਂ 4-500 ਰੋਜ਼ਦਾਰ ਬਣਾ ਕੇ ਆ ਜਾਂਦਾ ਦੁਕਾਨ ਤੋਂ ਨਿੱਕੀ ਜੀ ਦੁਕਾਨ ਤੋਂ ਤੇ ਜੇ ਕਲਾਕਾਰ ਕੋਈ ਖਾਲੀ ਸਿਰਫ ਡਿਪੈਂਡੇਬਲ ਹੁੰਦਾ ਮੈਂ ਉੱਥੇ ਹੁੰਦਾ ਇਸੇ ਤੇ ਮੇਰੀ ਰੋਟੀ ਰੋਜੀ ਹੁੰਦੀ ਤੇ ਮੈਂ ਗਿਆ ਸੀ ਮੈਂ ਜ਼ਰੂਰ ਜਾਂਦਾ ਤੇ ਕਲਾਕਾਰਨ ਹੁੰਦੀ ਇਸ ਤਰ੍ਹਾਂ ਤੇ ਇਸ ਪਦਾਰਥਵਾਦੀ ਯੋਗ ਦੇ ਵਿੱਚ ਅਸੀਂ ਫਿਰ ਕਲਾਵਲ ਕਿਉਂ ਜਾਵਾਂਗੇ ਕਿਵੇਂ ਜਾਵਾਂਗੇ ਮੇਰਾ ਸਵਾਲ ਤਾਂ ਇਹ ਹੈ ਗੱਲ ਤਾਂ ਇਹ ਹੈ ਜੀ ਇਹ ਕਲਾ ਜਿਹੜੀ ਹੈ ਨਾ ਕਲਾ ਇਸ ਤੋਂ ਪਰੇ ਹੈ ਕਲਾ ਪੈਸੇ ਵਾਸਤੇ ਨਹੀਂ ਜਾਂਦੀ ਜੇ ਕਲਾਕਾਰ ਦੀ ਤਮੰਨਾ ਹੁੰਦੀ ਮੈਂ ਕਰਨਾ ਹੀ ਹੈ ਸ਼ੀਸ਼ਾ ਪੱਥਰ ਨਹੀਂ ਚੁਣਿਆ ਸ਼ੀਸ਼ਾ ਹੀ ਲਿਆ ਮੈਂ ਕਰਨਾ ਹੀ ਹੈ ਇਹਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਬਚਪਨ ਤੋਂ ਲੈ ਕੇ ਹੁਣ ਤਾਈ ਮੇਰਾ ਸ਼ੀਸ਼ਾ ਘੁੰਮਦਾ ਸੀ ਮੈਨੂੰ ਗੱਲਾਂ ਯਾਦ ਆਉਂਦੀਆਂ ਮੈਂ ਬਾਂਟੇ ਬੜੇ ਖੇਡਦਾ ਸੀ ਨਵੇਂ-ਨਵੇਂ ਬਾਂਟੇ ਰਤਾ ਸੀ ਕੱਚ ਦੇ ਗੁਰਦੁਆਰਿਆਂ 'ਚ ਮੈਂ ਉਹਨਾਂ ਜ਼ਮਾਨਿਆਂ 'ਚ 58 ਨਾਟ ਸੱਚ ਅਧਿਪਿੰਡ ਨਾਨਕੇ ਕਾਰੀਆਲੇ ਰੰਗਦਾਰ ਸ਼ੀਸ਼ੇ ਦੇ ਹਰਾ ਜਾਂ ਡਿਜੇ ਜੇ ਲੱਗੇ ਨੇ ਪੀਲੇ ਉੱਥੇ ਖੜੋ ਕੇ ਵੇਖਣਾ ਉਹ ਉਹ ਉਸ ਵੇਲੇ ਵੀ ਹਰਜੀਤ ਦੇ ਗੁੱਗੀ ਦੇ ਮਾਂਦੇ ਵਿੱਚ ਇਹ ਸੋਹਣਾ ਲੱਗਦਾ ਸੀ ਮਨ ਨੂੰ ਉਮਰ ਤੇ ਕਾਜੇ ਨਾਲ ਉਹਨੂੰ ਇਹ ਨਹੀਂ ਸੀ ਪਤਾ ਕਿ ਕੀ ਕਰੂਗਾ ਆ ਕੇ ਵਿਕਸਿਤ ਹੋਇਆ ਦੇਖੋ ਕਿੱਥੇ ਜਾ ਕੇ ਯੂਰਪ ਚ ਅਮਰੀਕਾ ਜਾ ਕੇ ਵਿਕਸਿਤ ਹੋ ਗਿਆ ਤੁਸੀਂ ਵੱਖ-ਵੱਖ ਤਰ੍ਹਾਂ ਦੇ ਸ਼ੀਸ਼ੇ ਦੇਖਿਆ ਅਲੱਗ-ਅਲੱਗ ਰੰਗਾਂ ਦੇ ਹੁਣ ਅਸੀਂ ਗੱਲਾਂ-ਗੱਲਾਂ ਵਿੱਚ ਆਉਂਦਾ ਘਰ ਦਾ ਨਾਮ ਵੀ ਦੱਸ ਕੇ ਗੁੱਗੀ ਹਾਂਜੀ ਤੁਹਾਡੇ ਨਾਮ ਬੜੇ ਪਏ ਆ ਗੁੱਗੀ ਮਾਸਟਰ ਜੀ ਪੀਟੀ ਮਾਸਟਰ ਹਰਜੀਤ ਸੰਧੂ ਤੁਹਾਡਾ ਪੁਰਾਣਾ ਨਾਮ ਹੈਗਾ ਹੀ ਹੈਗਾ ਅਯੋ ਜਿਵੇਂ-ਜਿਵੇਂ ਫੀਟ ਸੀ ਚਲੇ ਗਿਆ ਬਚਪਨ ਚ ਪਿਆਰ ਨਾਲ ਗੁੱਗੀ ਫਰੋਦੇ ਸੀ ਮੈਨੂੰ ਉਹ ਵੀ ਚੰਗਾ ਲੱਗਦਾ ਹੂੰ ਉਹਦੇ ਬਾਅਦ ਮੈਨੂੰ ਹਰਜੀਤ ਕਹਿਣ ਲਾਪੇ ਸਕੂਲ ਚ ਮੈਨੂੰ ਮਾਸਟਰ ਜੀ ਕਹਿਣ ਲਾਪੇ ਜਾਦਾ ਮਾਸਟਰ ਕਹਿਣ ਲਾਪੇ ਫੇਰ ਮੈਨੂੰ ਆਰਟਿਸਟ ਕਹਿਣ ਲਾਪੇ ਕਦਾ ਕਦਾ ਅਮਰੀਕਾ ਪਹੁੰਚ ਗਿਆ ਉਹ ਜਦੋਂ ਕਿਤੇ ਕੰਮ ਵੇਖਿਆ ਮੀਡੀਆ ਨੇ ਸਾਡੇ ਅਮਰੀਕਾ ਚ ਸੰਧੂ ਨਾਮ ਲਾਸ ਪਾਉਂਦੇ ਆ ਨਾ ਤੇ ਉਹ ਸੰਧੂ ਕਹਿ ਲਾਪੇ ਅਜੇ ਵੀ ਮੈਨੂੰ ਬੜੀ ਤਕਲੀਫ ਹੁੰਦੀ ਆ ਜੀ ਇਸ ਇਸ ਨਾਮ ਤੋਂ ਜਿਹੜੇ ਮੇਰੇ ਯਾਰ ਮੇਰੇ ਦੋਸਤ ਟੀਚਨ ਲੱਗੇ ਮੇਰੇ ਨਾ ਅਮਰੀਕਾ ਚ ਬੈਠੇ ਆ ਕੈਨੇਡਾ ਚ ਬੈਠੇ ਉਹ ਬਸ ਸਰਦਾਰ ਬਲਦੇਵ ਸਿੰਘ ਹਲਕਣਾ ਦੇ ਸਾਡੇ ਦੋਸਤ ਹੀ ਰਏ ਆ ਉਹ ਕਹਿੰਦੇ ਸੰਧੂ ਸਾਹਿਬ ਕੀ ਹਾਲ ਆ ਮੈਂ ਕਹਾ ਯਾਰ ਬਲਦੇਵ ਸਿੰਘ ਆ ਤੂੰ ਮੇਰੀ ਬੇਇੱਜ਼ਤੀ ਕਰਦਾ ਕਿ ਤੂੰ ਮੈਨੂੰ ਬੁਲਾਉਣਾ ਤੇ ਹੱਸ ਪਿਆ ਕਹਿੰਦਾ ਦੁਨੀਆ ਕਹਿੰਦੀ ਮੈਂ ਕੀ ਕਰਾਂ ਨਾ ਕਹਿੰਦੀ ਤੇਰੇ ਆਸਤੇ ਮੈਂ ਹਰਜੀਤ ਤੇਰੇ ਆਸਤੇ ਮੈਂ ਪੀਟੀ ਮਾਸਟਰ ਉਹ ਮੈਨੂੰ ਨਾ ਰੂਹ ਨੂੰ ਟੱਚ ਕਰਦਾ ਕਿ ਮੈਂ ਤੇਰੇ ਨਾਲ ਪੀਟੀ ਮਾਸਟਰ ਰਿਹਾ ਤੇ ਤੂੰ ਮਨਰਜੀਤ ਕਹ ਜਿਹਨੂੰ ਨਹੀਂ ਪਤਾ ਸੰਧੂ ਕਹ ਮੈਨੂੰ ਕੋਈ ਦੁੱਖ ਨਹੀਂ ਸੰਧੂ ਉਹ ਕਹ ਜਿਹਨੂੰ ਜਾਣਦਾ ਨਹੀਂ ਸੀਗਾ ਤੇ ਉਹ ਤਾਂ ਹਰਜੀਤ ਮਾਸਟਰ ਆ ਤੁਹਾਡੀ ਗੱਲ ਤੋਂ ਆ ਆਪਾਂ ਹੁਣ ਆਖਰੀ ਹਿੱਸੇ ਵਿੱਚ ਹਰਜੀਤ ਸੰਧੂ ਜੀ ਕਲਾਕਾਰ ਤੁਸੀਂ ਆਪ ਹੀ ਕਿ ਬੜਾ ਇਮੋਸ਼ਨਲ ਹੁੰਦਾ ਹੈ ਭਾਵਨਾਕਤਮਕ ਤੌਰ ਤੇ ਉਹ ਬਹੁਤ ਗੱਲਾਂ ਇਹੋ ਜਿਹੀਆਂ ਕਹਿਣਾ ਚਾਹੁੰਦਾ ਪਰ ਉਹ ਅਜੀ ਕਲਾ ਦੇ ਰੂਪ ਵਿੱਚ ਕਹਿੰਦਾ ਮੂੰਹ ਨਹੀਂ ਬੋਲਦਾ ਤੁਹਾਨੂੰ ਅੱਜ ਮੈਂ ਮੌਕਾ ਦੇ ਰਿਹਾ ਅੱਜ ਕੋਈ ਇਹੋ ਜਿਹਾ ਮੋਸ ਇਮੋਸ਼ਨਸ ਜਿਹੜੇ ਤੁਸੀਂ ਆਪਦੀ ਫੈਮਲੀ ਨਾਲ ਆਪਦੇ ਦੋਸਤਾਂ ਮਿੱਤਰਾਂ ਨਾਲ ਕਦੇ ਸਾਂਝੇ ਨਾ ਕੀਤੇ ਹੋਣ ਅੱਜ ਤੁਸੀਂ ਚਾਹੁੰਦੇ ਹੋ ਕਿ ਮੈਂ ਉਹ ਕਲਾ ਤੋਂ ਬਗੈਰ ਦੱਸ ਦਵਾਂ ਉਹ ਦੇ ਮੂੰਹ ਹੈ ਐ ਹੈ ਜੀ ਦੇਖੋ ਕੁਝ ਨਾ ਕੁਝ ਜ਼ਿੰਦਗੀ ਦੇ ਕਲਾਕਾਰ ਦੇ ਕੁਝ ਨਾ ਕੁਝ ਤਾਂ ਵਾਪਰਦਾ ਹੀ ਹਰ ਇੱਕ ਦਿਨ ਦੀ ਦੀ ਹੈ ਕਰਾ ਮੈਂ ਟਾਈਮ ਓਖਾ ਵੇਖਿਆ ਲੋਕੀ ਇਕਨੋਮਿਕਲੀ ਮੈਨੂੰ ਬਹੁਤ ਪ੍ਰੋਬਲਮ ਆਈ ਤੇ ਮੈਂ ਤਾਂ ਕਲਾਕਾਰ ਸੀ ਗਾਹ ਜਾਣਾ ਚਾਹੁੰਦਾ ਸੀ ਪਰ ਹਾਲਾਤ ਨੇ ਮੈਨੂੰ ਤੁਹਾਨੂੰ ਦੱਸਿਆ ਜੀ ਪਿਤਾ ਹੀ ਡੈਥ ਹੋ ਗਈ ਇਹ ਯਾਦ ਨਹੀਂ ਤੀ ਪੜ੍ਹਨਾ ਪੜੋਗੀਆਂ ਸੀ ਮੇਰੇ ਪੜ੍ਹਨਾ ਸੀ ਗਿਆ ਜੇ ਮੈਂ ਫਾਈਨਲ ਜਾਂਦਾ ਜੇ ਹੋਸਤ ਕੰਮ ਨੂੰ ਜਵਾਬ ਹੀ ਨਾ ਮਿਲਦੀ ਮੇਰਾ ਦੋਸਤ ਰਿਜਿੰਦਰ ਚੀਮਾ ਅੱਜ ਕੱਲ ਨਹੀਂ ਰਹੇ ਅਮਰੀਕਾ ਚ ਤੇ ਉਹ ਕਹਿੰਦਾ ਬੀਬੀ ਉਹ ਉਹਨਾਂ ਨੇ ਕੈਨੇਡਾ ਜਾਣਾ ਸੀ ਕਹਿੰਦੇ ਸੀ ਕਿ ਇਹ ਇਹ ਨੌਕਰੀ ਇਹਨੂੰ ਨਾ ਮਿਲੀ ਤੇ ਭੈਣਾਂ ਦਾ ਕੀ ਬਣੂ ਜ਼ਿੰਮੇਵਾਰੀ ਮੇਰੇ ਤੇ ਆ ਗਈ ਤੇ ਤੁਖਾਂਤ ਬੜਿਆ ਜੀ ਮੈਂ ਵਿੱਚੋਂ ਫਿਰ ਦੱਸਾਂਗਾ ਤੇ ਉਹ ਮੈਨੂੰ ਉਹਨਾਂ ਪਟਿਆਰੇ ਲਵਾ ਗਿਆ ਦੱਸਿਆ ਹੈ ਨਾ ਪਟਿਆਰੇ ਮੈਂ ਕਿ ਮੈਂ ਇਹਨੂੰ ਕਹਿੰਦਾ ਤੂੰ ਉੱਥੇ ਬੰਬੇ ਉਹਦੇ ਚ ਜੈਜ਼ਵਰ ਚਲਾ ਦੇ ਟਮਾਣਾ ਸਾਹਿਬ ਨੂੰ ਕਹਿੰਦਾ ਇਹ ਨਿਕਲੇ ਨਾ ਸੈਕੰਡ ਡਿਵੀਜ਼ਨ ਆ ਪੰਜਾਬ ਦਾ ਐਡਮਿਸ਼ਨ ਹੋ ਗਿਆ ਮੈਂ ਪੀਟੀ ਮਾਸਟਰ ਬਣ ਗਿਆ ਉਹ ਮੈਂ ਭੈਣਾਂ ਦੀ ਪੜਾਉਣ ਦੀ ਖਾਤਰ ਮੇਰੀਆਂ ਭੈਣਾਂ ਕਹਿਣ ਕਿ ਸਾਨੂੰ ਤੁਸੀਂ ਐਮਏ ਕਰਾਤੀ ਸਾਨੂੰ ਸ਼ਰਮ ਆਉਂਦੀ ਸਾਡਾ ਭਰਾ ਪੀ.ਟੀ. ਮਾਸਟਰ ਤੂੰ ਤੁਸੀਂ ਪੜੋ ਫਿਰ ਮੈਂ ਕੋਰਸ ਵੰਡਰਸ ਬੀਏ ਕੀਤੀ ਫਿਰ ਮੈਂ ਬੱਚਾ ਮੇਰਾ ਬੇਟਾ ਜਿਹੜਾ ਅੱਜ ਕੱਲ অফিসার ਨਿਊਯਾਰਕ ਚ ਖੁਦ ਛੋਟਾ ਸੀ ਤੇ ਮੈਂ 2-4 ਸਾਲ ਦਾ ਸੀਗਾ ਤੋ ਹੁਸ਼ਿਆਰ ਹੋ ਗਿਆ ਐਮਏ ਕਰਨ ਵਾਸਤੇ ਗਿਆ ਮੈਂ ਐਮਏ ਕੀਤੀ ਲਗਨ ਸੀ ਨਾ ਨਿਕਲ ਕੇ ਨਿਕਲ ਉਹਦੇ ਵਿੱਚ ਵੀ ਨਿਕਲ ਕੇ ਫਿਰ ਮੈਰਿਟ ਦੀ ਐਮਏ ਕੀਤੀ ਇਹ ਅੱਜ ਵੀ ਉਹ ਮਾਸਟਰ ਜੀ ਨੂੰ ਯਾਦ ਕਰਦੇ ਆ। ਚਲੋ ਤੁਸੀਂ ਹਜੇ ਵੀ ਆਪਦੇ ਆਪ ਨੂੰ ਖੁੱਲ੍ਹ ਕੇ ਉਸ ਤਰੀਕੇ ਨਾਲ ਨਹੀਂ ਦੱਸਣਾ ਚਾਹੁੰਦੇ ਕਿ ਮੈਂ ਚਲੋ ਕਦਰ ਕਰ ਦਾਂ ਤੁਹਾਡੇ ਇਮੋਸ਼ਨਸ ਦੀ। ਇੱਕ ਆਖਰੀ ਸਵਾਲ ਤੁਹਾਨੂੰ ਕਰ ਚਾਹੁੰਦਾ। ਸਾਡੇ ਕੋਲੇ ਬਹੁਤ ਕਿਲੇ ਆ ਪੰਜਾਬ ਦੇ ਵਿੱਚ। ਉਹਨਾਂ ਵਿੱਚ ਸ਼ੀਸ਼ ਮੈਲ ਵੀ ਤੁਸੀਂ ਦੇਖੇ ਹੋਣਗੇ। ਉਹ ਸ਼ੀਸ਼ ਮੈਲ ਵਾਲ ਜਿਹੜੀ ਕਲਾ ਉਹ ਕਿਹੜੀ ਹੈ? ਸ਼ੀਸ਼ ਮੈਲ ਦੀ ਕਿੱਥੋਂ ਦੀ ਗੱਲ ਕਰ ਰਹੇ ਤੁਸੀਂ? ਉਹ ਕਿਲੇ ਜਿਹੜੇ ਪੰਜਾਬ ਦੇ ਵਿੱਚ ਹੈਗੇ ਆ ਉਹ ਉਹ ਕਲਾ ਉਹ ਮਜ਼ੈਕ ਘੱਟ ਹੈ ਜਾਂ ਨਹੀਂ ਮਜ਼ੈਕ ਨਹੀਂ ਹੁਣ ਕਿਹੋ ਜਿਹਾ ਸਾਦੇ ਕਿਉਂਕਿ ਜਿਹੜੇ ਕੱਟ-ਕੱਟ ਕੇ ਲਾਏ ਵੇ ਵੱਡੇ-ਵੱਡੇ ਹਨਾ ਅੱਜ ਕੱਲ ਬੜਾ ਹੋ ਰਿਹਾ ਇਹ ਤਾਂ ਬਰੀਕੀ ਨਾਲ ਵੀ ਕੰਮ ਹੋਇਆ ਵਾ ਸ਼ੀਸ਼ਿਆਂ ਦਾ ਉਹਨੂੰ ਕੀ ਕਵਾਂਗੇ ਜੇ ਤੁ ਜੇ ਜੋੜ-ਜੋੜ ਕੇ ਬਣਾਇਆ ਤਾਂ ਅਕਸਰ ਤਾਂ ਉਹ ਮਜ਼ੈਕ ਜੀ ਹੁੰਦੇ ਪੁਰਾਣੇ ਸਮੇਂ ਦੇ ਤੁਹਾਨੂੰ ਅੱਗੇ ਵੀ ਦੱਸਾਂ ਜੀ ਪੁਰਾਣੇ ਸਮੇਂ ਵਿੱਚ ਕੁਝ ਕੰਮ ਹੋਇਆ ਹੁਣ ਹਰ ਮੰਦਰ ਸਾਹਿਬ ਜਿਹੜਾ ਆਪਣਾ ਉਹਨੂੰ ਠੋਕ-ਠੋਕ ਕੇ ਦੀ ਡਿਜ਼ਾਈਨ ਨਹੀਂ ਕੀਤੀ ਹੈ ਉਹ ਵੀ ਤੱਕ ਤਰ੍ਹਾਂ ਤੁਸੀਂ ਉਹ ਕਲਾ ਨੂੰ ਵਾਪਸ ਲੈ ਕੇ ਆ ਰਹੇ ਹੋ ਕਲਤ ਹੈ ਉਸ ਨੂੰ ਵਾਪਸ ਲੈ ਹਾਂ ਫਿਰ ਲੋਕਾਂ ਨੂੰ ਪਤਾ ਨਹੀਂ ਮਿਲਿਆ ਹਣਾ ਚਾਹੁੰਨਾ ਲੋਕਾਂ ਨੂੰ ਪਤਾ ਲੱਗੇ ਕਲਾ ਸਭ ਇਹਦੇ ਨਾਲ ਜੁੜਦੀਆਂ ਸਾਰੀਆਂ ਜਿ ਕਲਾਵਾਂ ਜਿਹੜੀਆਂ ਹੋਈਆਂ ਨੀਕ ਚਾਂਦੀ ਦੀ ਜਿਹੜਾ ਉਹਨਾਂ ਨੇ ਕੀਤਾ ਮੋਡਲਿੰਗ ਦਾ ਉਹ ਵੀ ਮੋਜ਼ੈਕ ਦਾ ਰੂਪ ਹੈ ਕਿਉਂ ਟੈਲ ਲਾਈ ਹੈ ਜੋੜ-ਜੋੜ ਕੇ ਕੱਚ ਲਾਇਆ ਇਹ ਮੋਜ਼ੈਕ ਤੇ ਫਲੈਟ ਲੱਗਦਾ ਉਹਨਾਂ ਨੇ ਮੋਡਲਿੰਗ ਚ ਲਾਇਆ ਚਲੋ ਇੱਕ ਆਖਰੀ ਸਵਾਲ ਸ਼ੀਸ਼ਾ ਟੁੱਟ ਜਾਵੇ ਉਹਨੂੰ ਤੁਸੀਂ ਜੋੜ ਲੈਣੇ ਹੋ ਪੱਥਰ ਟੁੱਟ ਜਾਵੇ ਉਹਨੂੰ ਜੋੜ ਲੈਣੇ ਹੋ ਦਿਲ ਟੁੱਟੇ ਉਹਦਾ ਹੱਲ ਕੀ ਹੈ ਦਿਲ ਟੁੱਟੇ ਦਾ ਜੀ ਹਾਲ ਔਖਾ ਹੀ ਹੁੰਦਾ ਫਿਰ ਇਹਨੂੰ ਜੇ ਉਹਨੂੰ ਤਾਂ ਕੋਈ ਗਾਈਡ ਕਰਨ ਵਾਲਾ ਹੋਣਾ ਚਾਹੀਦਾ ਤੇ ਤਾਂ ਤਾਂ ਉਹ ਲੈਣ ਚ ਪੈ ਸਕਦਾ ਮੈਂ ਕਿਸ ਦੀ ਹੈਲਪ ਕੀਤੀ ਹੈ ਸਰਪਰਾਵਾਰ ਟੁੱਟ ਗਿਆ ਬੱਚੇ ਟੁੱਟ ਗਏ ਨਾ ਤਾਂ ਨਹੀਂ ਲਵਾਗਾ ਪਰ ਉਸ ਨੂੰ ਮੈਂ ਆਖਿਆ ਕਿ ਤੂੰ ਨਾ ਅਰਪਣ ਹੋ ਜਾ ਕਲਾ ਨੂੰ ਫਾਈਨ ਆਰਟ ਦੇ ਲੇਡੀ ਕਿ ਮੈਂ ਤੂੰ ਅਰਪਣ ਕਰਦੇ ਨਹੀਂ ਤੂੰ ਖਤਮ ਤੂੰ ਜਿਉਂਗੀ ਨਹੀਂ ਜਦ ਬੱਚੇ ਛੱਡ ਗਏ ਘਰ ਆ ਛੱਡ ਗਿਆ ਤੇ ਉਹਨੇ ਉਸ ਲਾਈਨ ਅਡਾਪਟ ਕੀਤਾ ਔਰ ਨਾਮ ਆਵਦਾ ਵਿਕਸਿਤ ਕੀਤਾ ਚੰਡੀਗੜ੍ਹ ਦੇ ਨੇੜੇ ਤੁਹਾਡੇ ਹੈਗੇ ਆ ਕਲਮ ਲਾ ਕੇ ਜਿੰਦਾ ਦਿਲ ਟੁੱਟੇ ਜਿੰਨੂੰ ਠੋਕਰਾਂ ਵਜਨ ਉਹ ਕਲਾ ਵਿੱਚ ਚਲਾ ਜਾਵੇ ਸਭ ਕੁਝ ਠੀਕ ਹੋ ਜਾਊਗਾ ਹਾਂ ਜੀ ਚਲਾ ਜਾਵੇ ਹੋਰ ਕੋਈ ਜਦ ਤੈਨੂੰ ਪਰ ਜਿਹੜਾ ਦਿਮਾਗ 'ਚ ਹੈਗਾ ਉਹਨੂੰ ਪੜ ਲੈ ਮੈਂ ਵੀ ਟੁੱਟਿਆ ਆਇਆ ਥੋੜਾ ਜਿਹਾ ਤੁਹਾਡੇ ਸਵਾਲ ਤੋਂ ਗੱਲ ਆਉਂਦੀ ਮੈਂ ਟੁੱਟਿਆ ਮੈਂ ਇਥੋਂ ਦੁਖੀ ਹੋ ਕੇ ਸਕੂਲ ਛੱਡ ਕੇ ਗਿਆ ਗਵਰਨਮੈਂਟ ਦੀ ਨੌਕਰੀ ਕੋਈ ਮੈਂ ਮੈਨੂੰ ਪੈਨਸ਼ਨ ਨਹੀਂ ਲਈ ਮੈਂ ਕੁਝ ਨਹੀਂ ਲਈ ਪਰ ਟੁੱਟਿਆ ਟੁੱਟਿਆ ਜੋਰਤਾ ਮੈਂ ਜਾ ਕੇ ਅਮਰੀਕਾ 'ਚ ਮੈਨੂੰ ਉਹ ਜਗ੍ਹਾ ਮਿਲ ਗਈ ਔਰ ਕੁੱਬੇ ਤੇ ਲੱਤ ਮਾਰੀ ਸੂਤ ਆ ਗਈ ਮੈਂ ਤਾਂ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਮੈਨੂੰ ਲੋਕੀ ਜ਼ਤਕਾ ਦੇਣ ਲਾਪੇ ਮੈਂ ਫਿਰ ਕੀ ਕਰਨਾ ਸੀ ਬੱਚੇ ਵੀ ਪਾਲੇ ਔਰ ਕਲਾ ਵੀ ਵਿਕਸਤ ਕੀਤੀ ਹਮ ਜੋ ਬਚਪਨ ਤੋਂ ਲੈ ਕੇ ਹੁਣ ਤਾਈ ਹੁਣ ਤਾਈ ਮੇਰੇ ਅੰਦਰ ਚਲੋ ਬਹੁਤ ਧੰਨਵਾਦ ਹਰਜੀਤ ਸੰਧੂ ਤੁਸੀਂ ਵਕਤ ਦਿੱਤਾ ਬਹੁਤ ਥੈਂਕ ਯੂ ਜੀ ਕੇਪੀ ਸਿੰਘ ਜੀ ਬੜਾ ਚੰਗਾ ਲੱਗਾ ਤੁਹਾਨੂੰ ਗੱਲ ਕਰਕੇ ਤੇ ਰੂਹ ਦੀਆਂ ਗੱਲਾਂ ਤੁਸੀਂ ਕੀਤੀਆਂ ਮੇਰੇ ਨਾਲ ਥੈਂਕ ਯੂ ਬਹੁਤ ਸ਼ੁਕਰੀਆ ਇਹਨਾਂ ਹੱਥਾਂ ਨੂੰ ਮੈਂ ਸਲਾਮ ਕਰਦਾ ਥੈਂਕ ਯੂ ਕਲਾਕਾਰ ਨੂੰ ਤੁਸੀਂ ਸੁਣ ਲਿਆ ਤੇ ਇਸ ਕਲਾਕਾਰ ਨੂੰ ਮੈਂ ਪ੍ਰਵਾਸ਼ਿਤ ਨਹੀਂ ਕਰ ਸਕਿਆ ਮੈਂ ਮਾਫੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਇਹ ਕਿਹਾ ਸੀਗਾ ਉਸ ਕਲਾ ਤੱਕ ਪਹੁੰਚਣ ਦੇ ਲਈ ਤੁਹਾਨੂੰ ਉਸ ਕਲਾ ਦੇ ਸਾਗਰ ਵਿੱਚ ਡੁੱਬਣਾ ਪੈਂਦਾ ਹੈ ਮੂਜ਼ੈਕ ਨੂੰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਮੂਜ਼ੈਕ ਨੂੰ ਮਜ਼ਾਕ ਨਾ ਸਮਝਿਆ ਜਾਵੇ ਉਸ ਦੀ ਕੋਸ਼ਿਸ਼ ਕੀਤੀ ਹੈ ਕਲਾ ਨੂੰ ਕਿਸ ਤਰੀਕੇ ਸਤਿਕਾਰ ਕਰਨਾ ਕਿਸ ਤਰੀਕੇ ਪਿਆਰ ਕਰਨਾ ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਤੇ ਸਰਕਾਰਾਂ ਨੂੰ ਵੀ ਇਸ ਬਾਬਤ ਧਿਆਨ ਦੇਣਾ ਪੈਣਾ ਨਹੀਂ ਤਾਂ ਇਹ ਵਿਰਾਸਤ ਹਰਜੀਤ ਸਿੰਘ ਸੰਧੂ ਜਾਂ ਉਸ ਤੋਂ ਬਾਅਦ ਕੋਈ ਹੋਰ ਆਵੇ ਉਹਨਾਂ ਤਕਸੀਮਤ ਹੋ ਕੇ ਨਾ ਰਹਿ ਜਾਵੇ ਬਹੁਤ ਵਧੀਆ